ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਰਿਓ ਬਾਬਾ ਜੀ, ਫੌਜਾਂ ਚਾਲੇ ਪਾਣੀਆਂ, ਸਿੰਘਾਂ ਦੀ ਚੜ੍ਹਾਈ ਹੈ ਭਾਈ ਸਿੰਘੋ। ਕੀ ਬੋਲੋਗੇ ਬਾਬਾ ਜੀ? ਵਾਹਿਗੁਰੂ ਵਾਹਿਗੁਰੂ। ਭਾਈ ਸਿੰਘੋ, ਮਾਫ਼ੀ ਤਾਂ ਫੌਜਾਂ ਮੰਗਦੀਆਂ, ਫਿਰ ਅਸਾਂ ਤੇ ਇਸ ਨਗਰ ਦਾ ਅੰਨ ਪਾਣੀ ਚੱਕਿਆ। ਬਾਕੀ ਚਾਲੇ ਕਿਉਂ ਪਾਉਂਦੇ ਹੋ ਜੀ? ਹਾਂਜੀ ਸਿੰਘੋ, ਦੂਜਿਆਂ ਦੇ ਬੋਝਾ ਬਣਨਾ ਗੁਰੂ ਦੇ ਸਿੰਘਾਂ ਦਾ ਕੰਮ ਹੈ। ਪਰ ਤੁਸੀਂ ਰੋਕ ਕਿਉਂ ਨਹੀਂ ਜਾਂਦੇ ਜੀ? ਬਹੀਰਾ ਪਾਉਣਾ ਫੌਜਾਂ ਨੂੰ ਗੁਰੂ ਦਾ ਹੁਕਮ ਹੈ। ਬਾਬਾ ਜੀ, ਤੁਸੀਂ ਗੁਰੂ ਘਰ ਦੀ ਸੇਵਾ ਬੜੀ ਕਰ ਲਈ, ਤੁਹਾਡੀ ਸੇਵਾ ਦੀ ਪਿੰਡ ਨੂੰ ਲੋੜ ਹੈ। ਸਾਰੇ ਤੁਹਾਡੇ ਬੱਚੇ ਨੇ, ਇੱਥੇ ਰੁਕ ਜਾਓ, ਤੁਹਾਡੀ ਬੜੀ ਮਿਹਰ ਹੋਏਗੀ। ਮੇਰੇ ਵਰਗੇ ਮਣਕੇ ਤੇ ਮਣਕਾ ਮਾਰਨ ਵਾਲੇ ਬਥੇਰੇ ਮਿਲ ਜਾਣਗੇ, ਪਰ ਤੁਹਾਡੇ ਵਰਗਾ ਮਹਾਂਪੁਰਖ ਸਾਰੇ ਪਿੰਡ ਚ ਕੋਈ ਨਹੀਂ। ਸੱਜਾ ਹੋਏ, ਤੇਰੀ ਤੇ ਉਹ ਗੱਲ ਏ, ਛੋਟੇ ਹੁੰਦੇ ਡੱਗੇ ਚਾਰੇ, ਵੱਡੇ ਹੋ ਹਲਵਾਇਆ, ਬੁੱਢੀ ਹੋ ਕੇ ਮਾਲਾ ਫੇਰੀ, ਰੱਬ ਦਾ ਲਾਂਬਾ ਲਾਇਆ। ਹੋਏ 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 ਹੋਏ, ਪੰਚਾਇਤ ਐਵੇਂ ਮੋਰ ਉਡਾਈ ਜਾਂਦੀ ਹੈ। ਮਾੜਾ ਪਾਸਾ ਉੱਡ, ਹੜ ਮਾੜਾ ਪਾਸੇ ਮਾਰੀ ਜਾਂਦੇ, ਹੜ ਮਾੜਾ ਪਾਸਾ ਉੜ ਜਾਓ, ਮੈਨੂੰ ਵੀ ਦੇਖੋ ਬਾਬੇ ਨੂੰ। ਆ ਸਿੰਘੋ, ਮੈਂ ਭਲਾ ਨਗਰ ਦੀ ਕੀ ਸੇਵਾ ਕਰ ਸਕਦਾ? ਅਸੀਂ ਤੁਹਾਨੂੰ ਆਪਣੇ ਪਿੰਡ ਦੇ ਮੋਗੇ ਦੇ ਰਾਖੇ ਬਣਾਵਾਂਗੇ। ਸਿੰਘ ਜੀ, ਤੁਹਾਡੇ ਵਰਗੇ ਰਾਖੇ ਦੀ ਸਾਡੇ ਪਿੰਡ ਨੂੰ ਬਹੁਤ ਜ਼ਰੂਰਤ ਹੈ। ਸਤਿਵਚਨ ਭਾਈ ਸਿੰਘੋ, ਪੰਚਾਇਤ ਨੂੰ ਤਾਂ ਕਲਗੀਧਰ ਪਾਤਸ਼ਾਹ ਵੀ ਨਾ ਨੀ ਸਨ ਕਰ ਸਕੇ। ਫਿਰ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਹਾਂ, ਸੰਤਾਂ ਦੇ ਚਰਨਾਂ ਦਾ ਦਾਸ। ਬਾਬਾ ਜੀ ਦੇ ਪੈਰ ਛੋ। ਸ਼ਾਬਾਸ਼। ਇਹ ਤੇ ਆਪਣੀ ਕਾਕੀ ਏ, ਪਰ ਇਹ ਪੁਚੰਗੀ ਕੌਣ ਹੈ? ਇਹ ਆਪਣਾ ਕਾਕਾ ਹੈ ਬਾਬਾ ਜੀ। ਵਾਹਿਗੁਰੂ ਵਾਹਿਗੁਰੂ। ਧੀਏ, ਮੈਂ ਕੀ ਦੇਖ ਰਿਹਾ? ਬਾਬਾ ਜੀ, ਮੈਂ ਤੇ ਬੋਲ ਬੋਲ ਕੇ ਥੱਕ ਗਈ। ਸਰਦਾਰ ਜੀ ਨੂੰ ਸ਼ਰਾਬ ਤੇ ਸ਼ਿਕਾਰ ਤੋਂ ਫੁਰਸਤ ਹੀ ਨਹੀਂ ਮਿਲਦੀ। ਬੱਚਿਆਂ ਨੂੰ ਬੋਰਡਿੰਗ ਚ ਪਾ ਦਿੱਤਾ, ਘਰ ਆਉਣ ਦਾ ਉਹਨਾਂ ਦਾ ਹੁਕਮ ਨਹੀਂ। ਮੇਰੀ ਸਮਝ ਵਿਚ ਨਹੀਂ ਆਉਂਦਾ ਮੈਂ ਕੀ ਕਰਾਂ। ਬੜੇ ਦੁੱਖ ਦੀ ਗੱਲ ਏ, ਸਾਡੇ ਧੀਆਂ ਪੁੱਤਰ ਸਾਡੀ ਰਹਿਤ ਤੇ ਮਰਿਆਦਾ ਭੁੱਲਦੇ ਜਾ ਰਹੇ, ਪਰ ਇਹਦੇ ਵਿੱਚ ਇਹਨਾਂ ਨਾ ਸਮਝ ਬੱਚਿਆਂ ਦਾ ਵੀ ਕੀ ਕਸੂਰ ਏ? ਕਸੂਰ ਤੇ ਸਾਡਾ ਏ, ਸਾਨੂੰ ਜੇ ਸ਼ਰਾਬ ਤੇ ਸ਼ਿਕਾਰ ਤੋਂ ਵੇਲ ਨਹੀਂ ਮਿਲਦੀ। ਲੈ ਪੁੱਤਰ, ਹੱਥ ਚ ਕੜਾ ਸਜਾ। ਬਾਬਾ ਜੀ, ਇਸ ਦਾ ਫੈਸ਼ਨ ਹੈ? ਮੰਮੀ, ਬਾਬਾ ਜੀ ਕਿੰਨੇ ਫੈਸ਼ਨੇਬਲ ਨੇ, ਦੇਖੋ ਨਾ ਹੱਥ ਚ ਕਿੰਨੀਆਂ ਚੀਜ਼ਾਂ ਪਾਈਆਂ ਹੋਈਆਂ ਨੇ। ਬਾਬਾ ਜੀ ਨੇ ਇਸ ਤਰ੍ਹਾਂ ਨਹੀਂ ਕਹਿੰਦਾ। ਲੈ ਧੀਏ, ਤੂੰ ਵੀ ਹੱਥ ਸਜਾ। ਇਸ ਨੂੰ ਲੜਕੀਆਂ ਵੀ ਪਹਿਨਦੀਆਂ ਨੇ ਬਾਬਾ ਜੀ, ਪਰ ਕੱਚੀਆਂ ਚੂੜੀਆਂ ਕਿਉਂ ਨੇ? ਆਈ ਮੀਨ ਬੈਂਗਲ। ਪੁੱਛਣਗੀਆਂ ਲੋਹੇ ਦਾ ਕੜਾ ਹੀ ਪਾਉਂਦੀਆਂ। ਲੋਹੇ ਦਾ ਕੜਾ? ਚੂੜੀਆਂ ਕਿਉਂ ਨੇ ਬਾਬਾ ਜੀ? ਇਹ ਲੋਹੇ ਦਾ ਕੜਾ ਹੈ ਧੀਏ, ਗੁਰੂ ਮਹਾਰਾਜ ਦਾ ਬਖਸ਼ਿਆ ਬੰਧਨ, ਤਾਂ ਕਿ ਇਹਨਾਂ ਦੋਵਾਂ ਹੱਥਾਂ ਨਾਲ ਅਸੀਂ ਕੋਈ ਪਾਪ ਨਾ ਕਰੀਏ ਤੇ ਇਹਨਾਂ ਦਸਾਂ ਉਂਗਲਾਂ ਦੀ ਕਿਰਤ ਕਮਾਈ ਖਾਈਏ। ਤੇ ਨਾਲੇ ਪੁੱਤਰ, ਇਹ ਲੋਹੇ ਦਾ ਕੜਾ ਪਾਉਣ ਨਾਲ ਡਰ ਨਹੀਂ ਲੱਗਦਾ। ਯੂ ਮੀਨ ਇਹ ਛੂ ਮੰਤਰ ਹੈ? ਆਈ ਮੀਨ ਭੂਤ। ਓਹ ਭੂਤ? ਨਾ ਨਾ, ਭੂਤ। ਅਗਰ ਮੈਨੂੰ ਕਿਸੇ ਭੂਤ ਨੇ ਡਰਾਇਆ ਤਾਂ ਮੈਂ ਛੂ ਕਰਕੇ ਛੂ ਮੰਤਰ ਕਰ ਦਿਆਂ। ਛੂ 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 ਛੁਰੀ। ਬਾਬਾ ਜੀ, ਫਲ ਕੱਟਣ ਵਾਲੀ ਛੁਰੀ ਹੈ? ਯੂ ਮੀਨ
ਐਪਲ ਪਰ ਸਾਡੇ ਘਰ ਤੇ ਬਹੁਤ ਛੁਰੀਆਂ ਨੇ ਇਸ ਨੂੰ ਤੁਸੀਂ ਰੱਖੋ ਤੁਹਾਡੀ ਸਬਜ਼ੀ ਕੱਟਣ ਦੇ ਕੰਮ ਆਏਗੀ ਕੀ ਸੀ ਬਾਬਾ ਜੀ ਇਹ ਸਬਜ਼ੀ ਕੱਟਣ ਦੇ ਨਹੀਂ ਪੁੱਤਰ ਇਹ ਮੇਰੇ ਵਾਂਗ ਗਲੇ ਪਾ ਲਈ ਸ਼ਾਬਾਸ਼ ਸ਼ਾਬਾਸ਼ ਹਾਂ ਨਾਈਸ ਕਿੰਨੀ ਅੱਛੀ ਲੱਗ ਰਹੀ ਹੈ ਤਾਂ ਮੇਰੇ ਟੇਲਰ ਨੇ ਤਾਂ ਬਣਾ ਕੇ ਨਹੀਂ ਦਿੱਤੀ ਯਾਰ ਸਟੂਪਿਡ ਤਾਂ ਬਾਬਾ ਜੀ ਇਹ ਜੋ ਸਬਜ਼ੀ ਵੀ ਕੱਟੀ ਜਾ ਸਕਦੀ ਹੈ ਨਾ ਧੀਏ ਇਹ ਇੱਜ਼ਤ ਦੀ ਰਾਖੀ ਕਰਨ ਵਾਲਾ ਸ਼ਸਤਰ ਹੈ ਇਹ ਪਹਿਨਿਆ ਹੋਵੇ ਤੇ ਕੋਈ ਭੈੜੀ ਚੀਜ਼ ਨੇੜੇ ਨਹੀਂ ਆਉਂਦੀ ਭੈੜੀ ਚੀਜ਼ ਯੂ ਮੀਨ ਗੋਸਟ ਹਾਂ ਧੀਏ ਕੜੇ ਤੋਂ ਭੂਤ ਪ੍ਰੇਤ ਡਰਦੇ ਨੇ ਤੇ ਕਿਰਪਾਨ ਤੋਂ ਜਿਉਂਦੇ ਪ੍ਰੇਤ ਕਿਰਪਾਨ ਜਿਸ ਵੇਲੇ ਮਿਆਨ ਚੋਂ ਨਿਕਲਦੀ ਹੈ ਨਾ ਤੇ ਜਿਉਂਦੇ ਪ੍ਰੇਤ ਅਲੋਪ ਹੋ ਜਾਂਦੇ ਨੇ ਜਿਉਂਦੇ ਪ੍ਰੇਤ ਵੀ ਹੁੰਦੇ ਨੇ ਹਾਂ ਪੁੱਤਰ ਐਸੇ ਕਰਕੇ ਗੁਰੂ ਮਹਾਰਾਜ ਨੇ ਇਹ ਸ਼ਸਤਰ ਸਾਨੂੰ ਬਖਸ਼ਿਆ ਇਹਨੂੰ ਕਦੇ ਉਤਾਰਨਾ ਨਹੀਂ ਗੁਰੂ ਮਹਾਰਾਜ ਯੂ ਮੀਨ ਗੋਡ ਪਰ ਬਾਬਾ ਜੀ ਗੋਡ ਤੇ ਅੰਗਰੇਜ਼ਾਂ ਦਾ ਹੁੰਦਾ ਹਾਂ ਪੁੱਤਰ ਅੰਗਰੇਜ਼ਾਂ ਦਾ ਗੋਡ ਹੈ ਤੇ ਸਾਡਾ ਗੁਰੂ ਮਹਾਰਾਜ ਪਰ ਉਹ ਕੌਣ ਸੀ ਬਾਬਾ ਜੀ ਦਸ਼ਮੇਸ਼ ਪਿਤਾ ਜਿਨ੍ਹਾਂ ਨੇ ਇਹ ਸਭ ਸਾਨੂੰ ਬਖਸ਼ਿਆ ਤੂੰ ਬਾਬੇ ਦੀ ਗੋੜੀ ਉਹ ਤੇਰਾ ਸੱਚਾ ਨਾਸ ਪਾਪਾ ਜੀ ਮੇਰੇ ਤਾਂ ਉੱਡ ਗਏ ਮੋਰ ਮੇਰੇ ਤਾਂ ਭਾਗ ਉਲਟੇ ਪੈ ਗਏ ਮੇਰੇ ਖੇਸਾ ਕੱਖ ਨੀ ਰਿਹਾ ਔਰ ਪਾਪਾ ਤਾਂ ਪੁੱਟਿਆ ਗਿਆ ਪੈਸਾ ਪਟਿਆ ਗਿਆ ਔਰ ਮੇਰਾ ਕੱਖ ਨੀ ਰਿਹਾ ਬੈਠ ਪਕਤਾ ਬੈਠ ਕਿਉਂ ਭਾਈ ਸੁਖੀ ਸਾਂਦੀ ਕਿਉਂ ਕੱਖ ਨਹੀਂ ਰਿਹਾ ਉਹ ਕੁਝ ਬੋਲ ਤੇ ਸਹੀ ਬੋਲਾਂ ਕੀ ਬਾਬਾ ਜੀ ਬੋਲਣ ਜੋਗਰਾ ਤਾਂ ਮੈਨੂੰ ਕਿਸੇ ਨੇ ਛੱਡਿਆ ਨੀ ਮੈਨੂੰ ਤਾਂ ਧਰਤੀ ਬੇਚ ਨੀ ਦਿੰਦੀ ਪਰ ਭਗਤਾ ਮੈਨੂੰ ਵੀ ਤਾਂ ਕੁਛ ਪਤਾ ਲੱਗੇ ਬਾਬਾ ਜੀ ਮੈਂ ਕੀ ਬੋਲਾਂ ਮੇਰੀ ਤਾਂ ਸਾਰੀ ਫਸਲ ਬਰਬਾਦ ਹੋ ਗਈ ਮੈਂ ਕਿੱਧਰ ਨੂੰ ਜਾਵਾਂ ਮੈਂ ਤਾਂ ਹੁਣ ਪੱਟਿਆ ਗਿਆ ਉਹ ਪਰ ਹੋਇਆ ਕੀ ਤੁਹਾਡੀ ਕੁੜੀ ਨੇ ਮੇਰੀ ਸਾਰੀ ਫਸਲ ਬਰਬਾਦ ਕਰਤੀ ਮੈਂ ਕੀ ਕਰਾਂ ਜਾਣ ਦੇ ਭਗਤਾ ਉਹ ਵੀ ਤਾਂ ਰੱਬ ਦਾ ਜੀ ਹੈ ਉਸਨੇ ਵੀ ਤਾਂ ਪੇਟ ਭਰਨਾ ਹੀ ਹੋਇਆ ਪਰ ਮੇਰਾ ਪੇਟ ਤਾਂ ਖਾਲੀ ਕਰਤਾ ਮੇਰੇ ਤਾਂ ਮੋਰ ਉੱਠ ਗਏ ਮੈਂ ਕੀ ਕਰਾਂ ਮੈਂ ਤਾਂ ਪੱਟਿਆ ਗਿਆ ਕਿੰਨਾ ਕੁ ਨੁਕਸਾਨ ਹੋਇਆ ਭਗਤਾ ਸਾਰਾ ਕੁਝ ਹੀ ਫਨਾ ਹੋ ਗਿਆ ਚੰਗੇ ਵਚਨ ਬੋਲ ਭਗਤਾ ਚੰਗੇ ਵਚਨ ਬੋਲ ਚੰਗੇ ਵਚਨ ਕਿੱਥੋਂ ਬੋਲਾਂ ਜੇ ਕੁਝ ਵਜਾ ਹੋਵੇ ਤਾਂ ਚੰਗੇ ਵਚਨ ਬੋਲਾਂ ਮੈਂ ਫਿਰ ਹੁਣ ਦੱਸ ਕੀ ਕੀਤਾ ਜਾਏ ਲੈ ਬਾਬਾ ਜੀ ਹੁਣ ਐ ਕਰੋ ਮੇਰੇ ਖੇਤਾਂ ਨੂੰ ਪਾਣੀ ਲੱਗ ਰਿਹਾ ਮਾੜਾ ਜਿਹਾ ਪਾਣੀ ਵੱਧ ਛੱਡ ਦਿਓ ਹਾਂ ਆਪੇ ਘਾਟੇ ਪੂਰਾ ਹੋ ਜੂਗਾ ਪਾਪ ਦੀ ਕਮਾਈ ਵਿੱਚ ਨੀਅਤ ਨਹੀਂ ਰੱਖੀ ਦੀ ਪੱਕਾ ਉਹ ਪਾਪ ਪੁੰਨ ਨੂੰ ਕੌਣ ਪੁੱਛਦਾ ਛੱਡੀ ਕਿਹੜਾ ਬਾਬਾ ਬਣ ਕੇ ਹੋਰ ਕਿਹੜਾ ਲਾ ਦੇ ਰੰਗ ਆਪੇ ਕਦਰ ਪੂਰੀ ਹੋ ਜੂਗੀ ਬਸ ਕਰਦੇ ਪੂਰਾ ਕੰਮ ਨਹੀਂ ਨਹੀਂ ਪੱਕਾ ਹੈ ਪਾਪ ਮੇਥੋਂ ਨਹੀਂ ਹੋ ਸਕਦਾ ਫਿਰ ਮੈਂ ਕਿੱਧਰ ਨੂੰ ਜਾਵਾਂ ਓਏ ਉਸ ਤੇ ਭਰੋਸਾ ਰੱਖ ਵਾਹਿਗੁਰੂ ਆਪੇ ਤੇਰੇ ਕਾਟੇ ਪੂਰੇ ਕਰ ਦੇਗਾ ਉਹ ਕਿਵੇਂ ਪੂਰਾ ਕਰੂਗਾ ਪਾਣੀ ਦਾ ਤੁੰਗਲੀ ਬੈਠਾ ਹੈ ਹੋਰ ਮੇਰੇ ਤਾਂ ਉੜਾ ਤੇ ਮੋਰ ਸਤਨਾਮ 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 ਸਿਵਾਏ ਓਏ ਹੋਏ ਬਾਬਾ ਨਾ ਤਾਂ ਸੋਨੂੰ ਕਦੇ ਚਾਹ ਪੀਣ ਦੇਵੇ ਤੇ ਨਾ ਹੀ ਸੋਨੂ ਭਾਈ ਕਦੇ ਫੀਮ ਖਾਣ ਦੇਵੇ ਤੇ ਕਦੇ ਕਦੇ ਪੈਗ ਵੀ ਪੀਣਾ ਪੈ ਜਾਂਦਾ ਨਾ ਹੀ ਸੋਨੂ ਇਹ ਪੈਗ ਪੀਣ ਦੇਵੇ ਮੈਨੂੰ ਤਾਂ ਐ ਲੱਗਦਾ ਸੋਨੂ ਇਹ ਭੁੱਖਾ ਮਾਰੂਗਾ ਅੱਗੋਂ ਲੋਕਾਂ ਨੂੰ ਆਖਦਾ ਲਾਲੋ ਤੋਂ ਪੈਸੇ ਨਾ ਲਓ ਭਲਾ ਜਿਸ ਨੂੰ 2 ਰੁਪਏ ਦੇ ਕੇ 4 ਰੁਪਏ ਲੈ ਵੀ ਲਏ ਕਦੇ 50 ਰੁਪਏ ਦੇ ਕੇ 100 ਰੁਪਏ ਲੈ ਵੀ ਲਿਆ 200 ਰੁਪਏ ਦੇ ਕੇ 400 ਰੁਪਏ ਲੈ ਵੀ ਲਿਆ ਤੇ ਫਰਕ ਹੀ ਪੈ ਗਿਆ ਹੁਣ ਮਾੜਾ ਪਾਸੇ ਕਰ ਲਾ ਕਿਵੇਂ ਡਰ ਲੱਗਦਾ ਸੀ ਤੂੰ ਡਰਨ ਦੀ ਕੋਈ ਗੱਲ ਨਹੀਂ ਡਰਦਾ ਨਹੀਂ ਮੈਂ ਪਰ ਇਹਨੂੰ ਮਾੜਾ ਪਾਸੇ ਰੱਖਿਆ ਕਰੋ ਇਹ ਜੇ ਪੜਾਕੇ ਸਾਧ ਕੋਲ ਜਾ ਕੇ ਪਾਇਆ ਕਰੋ ਹਾਂ ਸਿੱਧੀ ਗੱਲ ਹੈ ਚਾਹ ਪੀਓ ਯਾਰ ਕਮਾਲ ਦੀ ਗੱਲ ਹੈ ਚਾਹ ਪੀਓ 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 ਚਾਹ ਯਾਰ ਪੀਓ ਹਾਂ ਆ ਗਿਆ ਸਵਾਦ ਇਹਦੇ ਤਾਂ ਖੰਡ ਹੀ ਨਹੀਂ ਯਾਰ ਖੰਡ ਉਹ ਖੰਡ ਦਾ ਡਾਕਟਰ ਨੇ ਕਿੰਨੇ ਦਿਨ ਪਹਿਲੇ ਘੱਟ ਪਾਈ ਹੁੰਦੀ ਹੈ ਖੰਡਰਾ ਸ਼ੂਗਰ ਦੀ ਬਿਮਾਰੀ ਹੋ ਜਾਂਦੀ ਹੈ ਤਾਂ ਘੱਟ ਪਾਈ ਆ ਹਾਂ ਸਿੱਧੀ ਗੱਲ ਯਾਰ ਇਹਦੀ ਪੱਤੀ ਵੀ ਇਹ ਨਹੀਂ ਉਹ ਜ਼ਿਆਦਾ ਪੱਤੀ ਦਾ ਨਸ਼ਾ ਵਾਲਾ ਹੋ ਜਾਂਦਾ ਹੈ
ਡੈਡੀ ਡੈਡੀ ਆ ਗਏ ਹੁਣ ਡੈਡੀ ਹਾਈ ਸਨੀ ਹੈਲੋ ਮਾਈ ਡਾਰਲਿੰਗ ਡਾਟਰ ਡੈਡੀ ਮੈਂ ਡਾਰਲਿੰਗ ਡਾਟਰ ਨਹੀਂ ਮੈਂ ਬਹਾਦਰ ਸਿੰਘ ਦੀ ਧੀ ਹਾਂ ਆ ਦੇਖੋ ਮੈਂ 11/11 ਪਰੇ ਤੈਨੂੰ ਕਿਸ ਦਿੱਤੀ ਚੱਕਰ ਵਾਲੇ ਬਾਬਾ ਜੀ ਨੇ ਇਹ ਸਭ ਪੁਰਾਣੀਆਂ ਚੀਜ਼ਾਂ ਨੇ ਤੇ ਤੂੰ ਨਵੀਂ ਲਾਈਫ ਦੀ ਲੜਕੀ ਡੈਡੀ ਕਿੰਨੀ ਸੋਹਣੀ ਲੱਗਦੀ ਹੈ ਸੀ ਹਾਊ ਨਾਈਸ ਇਟ ਲੁਕਸ ਠੀਕ ਹੈ ਪਰ ਇਹ ਪੁਰਾਣਾ ਫੈਸ਼ਨ ਹੈ ਪਰ ਡੈਡੀ ਯੂ ਡੋਨਟ ਲਾਈਕ ਇਟ ਤਾਂ ਮੈਂ ਨਾ ਪਾਵਾਂ ਉਹ ਛੱਡ ਪੁਰਾਣੀਆਂ ਚੀਜ਼ਾਂ ਨੂੰ ਤੁਸੀਂ ਤਾਂ ਹਰ ਵੇਲੇ ਸ਼ਿਕਾਰ ਦੀਆਂ ਗੱਲਾਂ ਕਰਦੇ ਰਹਿੰਦੇ ਬਾਬਾ ਜੀ ਤੇ ਕਹਿੰਦੇ ਸਰ ਇਹਨਾਂ ਤਾਜ਼ੀ ਚੀਜ਼ਾਂ ਦੀ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਠੀਕ ਹੈ ਤੂੰ ਬਾਈ ਰੱਖ ਕੱਪੜੇ ਬਣਵਾ ਕੇ ਦਿਓ ਨਾ ਕਿ ਜਿਹਦੀ ਗੱਲ ਬਹੁਤ ਸਾਰੇ ਕੱਪੜੇ ਬਣਵਾ ਮੰਮੀ ਕਾਕਾ ਮੰਮੀ ਤੂੰ ਆ ਗਿਆ ਮੇਰੇ ਸਰ ਸਤਿ ਸ੍ਰੀ ਅਕਾਲ ਮੇਰੇ ਟੀਚਰ ਸਤਿ ਸ੍ਰੀ ਅਕਾਲ ਹੈਲੋ ਬੈਠੋ ਸਤਿ ਸ੍ਰੀ ਅਕਾਲ ਮੇਰੀ ਸਿਸਟਰ ਜਗੀ ਡੇਰਾ ਦੇ ਵਿੱਚ ਪੜ੍ਹਦੀ ਹੈ ਬੈਠੋ ਸਰ ਕਾਕਾ ਤੁਹਾਡੀ ਬੜੀ ਤਾਰੀਫ ਕਰਦਾ ਹੈ ਇਹ ਤਾਂ ਜੀ ਉਸਦੀ ਆਦਤ ਹੈ ਮੰਮੀ ਇਹ ਸਾਡੇ ਪਿੰਡ ਦੀ ਜਾਣਕਾਰੀ ਪ੍ਰਾਪਤ ਕਰਨ ਆਏ ਨੇ ਸਰ ਸਾਡਾ ਪਿੰਡ ਹਿਸਟੋਰੀਕਲ ਵਿਲੇਜ ਹੈ ਨਾ ਹਾਂ ਇਸ ਦੇ ਇਤਿਹਾਸ ਵਿੱਚ ਬਹੁਤ ਵਿਸ਼ੇਸ਼ ਥਾਂ ਹੈ ਹਾਂ ਜੀ ਬਾਬਾ ਤੋਂ ਤੁਹਾਨੂੰ ਬੜੀ ਮਦਦ ਮਿਲੇਗੀ ਹਾਂ ਮਾਤਾ ਜੀ ਉਹ ਬਹੁਤ ਪੜ੍ਹੇ ਲਿਖੇ ਮਹਾਂਪੁਰਸ਼ ਹਨ ਉਹਨਾਂ ਤੋਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ ਹਾਂ ਸਰ ਉਹ ਬਹੁਤ ਫੈਸ਼ਨੇਬਲ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਪਾ ਕੇ ਰੱਖਦੇ ਨੇ ਕਿਉਂ ਮੰਮਾ ਜੱਗੀ ਜੋ ਮੂੰਹ ਵਿੱਚ ਆਂਦਾ ਕਹਿ ਦਿੰਦੀ ਹੈ ਜ਼ਰਾ ਅਕਲ ਤੋਂ ਕੰਮ ਲੈ ਫਿਰ ਕਿਸ ਤਰ੍ਹਾਂ ਕਹੀਦਾ ਸਾਨੂੰ ਕੋਈ ਸਿਖਾਇਆ ਤੇ ਹੈ ਨਹੀਂ ਇਹ ਸਭ ਅੰਗਰੇਜ਼ੀ ਸਕੂਲਾਂ ਦੀ ਵਿੱਦਿਆ ਦਾ ਅਸਰ ਹੈ ਅਸੀਂ ਆਪਣਾ ਇਤਿਹਾਸ ਆਪਣਾ ਕਲਚਰ ਰਹਿਤ ਮਰਿਆਦਾ ਸਭ ਕੁਝ ਭੁੱਲਦੇ ਜਾ ਰਹੇ ਸੌਰੀ ਮੰਮਾ ਉਹ ਗਲਤੀ ਹੋ ਗਈ ਮਾਫ ਕਰ ਦਿਓ ਨਾ ਪਲੀਜ਼ ਲੋ ਫਿਰ ਤੁਹਾਨੂੰ ਅੱਜ ਉਸ ਖਰਗੋਸ਼ ਦਾ ਗੋਸ਼ਤ ਖਵਾਉਂਗੇ ਜਿਹਨੂੰ ਮਾਰਨ ਲਈ ਮੇਰੇ 400 ਕਾਰਤੂਸ ਫੁੱਕ ਗਏ ਬੜਾ ਹੀ ਚਲਾ ਖਰਗੋਸ਼ ਡੈਡੀ ਤੁਹਾਡੇ ਨਾਲ ਵੀ ਡੈਡੀ ਕੋ ਖਰਗੋਸ਼ ਨੇ ਇਹ ਲਓ ਜੀ ਕੁੱਟ ਮਾਰੋ ਜੀ ਮੈਂ ਨਹੀਂ ਪੀਾਂਗਾ ਕਿਉਂ ਤਬੀਅਤ ਖਰਾਬ ਹੈ ਜੀ ਮੈਂ ਸ਼ਰਾਬ ਨਹੀਂ ਪੀਂਦਾ ਯੂ ਮੀਨ ਯੂ ਡੋਨਟ ਲਾਈਕ ਨੋ ਆਈ ਡੋਨਟ ਲਾਈਕ ਹਾਊ ਸੈਡ ਪਰ ਸਾਡੇ ਹੌਸਟਲ ਦੇ ਲੜਕੀਆਂ ਵੀ ਪੀਂਦੀਆਂ ਨੇ ਬਹੁਤ ਬੁਰੀ ਗੱਲ ਹੈ ਅੱਜ ਕੱਲ ਦੇ ਲੜਕੇ ਲੜਕੀਆਂ ਸ਼ਰਾਬ ਪੀ ਕੇ ਬਰਬਾਦ ਹੁੰਦੇ ਜਾ ਰਹੇ ਹਨ ਚਲੋ ਬਹਾਦਰ ਪਿਓ ਜੋ ਸ਼ੇਰ ਪੁੱਤਰਾ ਫਰਤਮਾਰ ਚਲੋ ਕੁੜੀਏ ਤੂੰ ਇਹ ਕੁੱਟ ਪੀ ਲੈ ਇਹਦੇ ਪੀਣ ਨਾਲ ਠੰਡ ਠੁੰਡ ਨਹੀਂ ਲੱਗਦੀ ਚੱਲ ਪੀ ਲੈ ਖਬਰਦਾਰ ਜੱਗੀ ਸਰਦਾਰ ਜੀ ਤੁਸੀਂ ਕਦੀ ਤੇ ਇਹਨਾਂ ਨੂੰ ਅਕਲ ਦੀ ਗੱਲ ਸਿਖਾਇਆ ਕਰੋ ਕਿਉਂ ਇਹਨਾਂ ਨੂੰ ਪੜ੍ਹਾ ਕੇ ਅੰਗਰੇਜ਼ ਤੇ ਬਣਾ ਦਿੱਤਾ ਹੋਰ ਕੀ ਗਵਰਨਰ ਬਣਾ ਦਿਆ ਅਸੀਂ ਗੱਲ ਬਣਾਉਣਾ ਹੈ ਕਿ ਇਹਨਾਂ ਨੂੰ ਵੀ ਅੰਗਰੇਜ਼ ਬਣਾ ਦਿੱਤਾ ਹੈ ਕੱਲ ਇਸ ਕੁੜੀ ਨੇ ਪਰਾਏ ਕਰ ਜਾਣਾ ਇਹਨੂੰ ਸਿਰ ਧੱਕਣ ਦੀ ਵੀ ਜਾਇਸ਼ ਨਹੀਂ ਮੈਂ ਕਹਿੰਦੀ ਹਾਂ ਤੁਸੀਂ ਆਪ ਤੇ ਸ਼ਰਾਬ ਛੱਡਣੀ ਨਹੀਂ ਫਿਰ ਇਹਨਾਂ ਨੂੰ ਕਿਉਂ ਵਿਗਾੜ ਰਹੇ ਹੋ ਓਹੋ ਤੁਸੀਂ ਰਹਿਣ ਦਿਓ ਨਸ਼ਾਬੰਦੀ ਦੇ ਪ੍ਰਚਾਰ ਨੂੰ ਜ਼ਰਾ ਮੀਟ ਅੱਗੇ ਕਰੋ ਤਾਰ ਤਕਰਾਰੀ ਕਰ ਲਈਏ ਲੋ ਫਿਰ ਮਾਂ ਪ੍ਰਸ਼ਾਦ ਛਕੋ ਜੀ ਮੈਂ ਮੀਟ ਨਹੀਂ ਖਾਂਦਾ ਤੁਸੀਂ ਮੀਟ ਵੀ ਨਹੀਂ ਖਾਂਦੇ ਤਾਂ ਫਿਰ ਦੁਨੀਆ ਤੋਂ ਕੀ ਲੈ ਕੇ ਜਾਓਗੇ ਧਰਮਰਾਜ ਨੂੰ ਕੀ ਜਵਾਬ ਦੋਗੇ ਨਾਲੇ ਮਾਂ ਪ੍ਰਸ਼ਾਦ ਤੋਂ ਗੁਰੂਆਂ ਨੇ ਵੀ ਮਨਾ ਨਹੀਂ ਕੀਤਾ ਪਰ ਜੀ ਗੁਰੂ ਮਹਾਰਾਜ ਨੇ ਕਿਤੇ ਨਹੀਂ ਕਿਹਾ ਕਿ ਮੀਟ ਖਾਣਾ ਜ਼ਰੂਰੀ ਹੈ ਪਰ ਆਪਾਂ ਨੂੰ ਤਾਂ ਮੀਟ ਦੇ ਬਗੈਰ ਚੱਲਦਾ ਨਹੀਂ ਕਿਉਂ ਕਾਕਾ ਡੈਡੀ ਲਓ ਉਹ ਤੂੰ ਖਾ ਬਈ ਐ ਲੈ ਮੈਂ ਕਿਹਾ ਜੀ ਖਾਣਾ ਤਿਆਰ ਹੈ ਮਜ਼ਾ ਆ ਗਿਆ ਡੈਡੀ ਮੈਂ ਵੀ ਕੱਲ ਸ਼ਿਕਾਰ ਤੇ ਜਾਵਾਂਗੀ ਤੁਸੀਂ ਆਪਣੇ ਫੌਜੀ ਚਾਚਾ ਨਾਲ ਚਲੇ ਜਾਣਾ ਮੈਨੂੰ ਸ਼ਹਿਰ ਕੰਮ ਹੈ ਫੈਂਟੈਸਟਿਕ ਫੌਜੀ ਚਾਚਾ ਗੱਲਾਂ ਵੀ ਬੜੀਆਂ ਇੰਟਰਸਟਿੰਗ ਕਰਦੇ ਨੇ ਵਾਈ ਆਰ ਯੂ ਲਾਫਿੰਗ ਪਤਾ ਫੌਜੀ ਚਾਚਾ ਸਵੇਰੇ 5 ਵਜੇ ਸ਼ਿਕਾਰ ਖੇਡਣ ਜਾਂਦਾ ਹੈ ਫੌਜ ਵਿੱਚ ਵੀ ਉਹ 5 ਵਜੇ ਪਰੇਡ ਕਰਿਆ ਕਰਦਾ ਸੀ ਤੇ ਤੇਰਾ ਕੀ ਮਤਲਬ ਹੈ ਮੈਂ ਸਵੇਰੇ 5 ਵਜੇ ਨਹੀਂ ਉੱਠਦਾ ਸੀ ਨਹੀਂ ਨਹੀਂ ਮੇਰਾ ਇਹ ਮਤਲਬ ਨਹੀਂ ਸੀ ਮੈਂ ਤਾਂ ਐਵੇਂ ਗੱਲ ਕੀਤੀ ਹੈ ਤੂੰ ਐਵੇਂ ਹੀ ਨਹੀਂ ਕਿਹਾ
ਤੂੰ ਤਾਂਚ ਕੀਤੀ ਹੈ ਇਹ ਬਿਗ ਸਟਾਰ ਓ ਨੋ ਡਾਰਲਿੰਗ ਸਿਸਟਰ ਅਗਰ ਥੋੜਾ ਜਿਹਾ ਲੇਟ ਜਾਗਿਆ ਜਾਏ ਫਿਰ ਨਹੀਂ ਚੱਲੇਗਾ ਨੋ ਬਿਲਕੁਲ ਨਹੀਂ ਚੱਲੇਗਾ ਉਦੋਂ ਤੱਕ ਸਾਰੇ ਤਿੱਤਰ ਉੜ ਜਾਣਗੇ ਅੱਜ ਮੈਂ ਤਿੱਤਰਾਂ ਦੀਆਂ ਫੌਜਾਂ ਦੀ ਫੌਜਾਂ ਤਬਾਹ ਕਰ ਦਿਆਂਗਾ ਮੇਰੀ ਅੱਖਾਂ ਵਿੱਚ ਖੂਨ ਉਤਰ ਚੁੱਕਿਆ ਹੈ ਉਸੇ ਨਾਲ ਮੇਰੀ ਨਸਾਂ ਫੁੱਲ ਗਈਆਂ ਫੌਜੀ ਚਾਚਾ ਸੱਚ ਸੱਚ ਦੱਸੋ ਤੁਸੀਂ ਕੋਈ ਫੌਜ ਦੁਸ਼ਮਣ ਮਾਰਿਆ ਵੀ ਹੈ ਓ ਬੜੀਏ ਸੱਚ ਤਾਂ ਮੈਂ ਦੱਸਦਿਆਂ ਲੇਕਿਨ ਤੂੰ ਮੇਰਾ ਵਿਸ਼ਵਾਸ ਨਹੀਂ ਕਰਨਾ ਨਹੀਂ ਮੈਂ ਵਿਸ਼ਵਾਸ ਕਰਾਂਗੀ ਹਾਂ ਫਿਰ ਦੱਸੋ ਕਿੰਨੇ ਦੁਸ਼ਮਣ ਮਾਰੇ ਦੱਸਾਂ ਫਿਰ ਦੱਸੋ ਅੱਜ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਸੱਚ ਕਹਿ ਰਿਹਾ ਮੇਰੇ ਕੋਲੋਂ ਕਦੇ ਵੀ ਇੱਕ ਦੁਸ਼ਮਣ ਵੀ ਨਹੀਂ ਮਰਿਆ ਫੌਜੀ ਚਾਚਾ ਕੋਈ ਹੱਥ ਲੱਗਾ ਅਰੇ ਕੁੜੀਏ ਅਗਰ ਚਾਚੇ ਦਾ ਨਿਸ਼ਾਨਾ ਇੰਨਾ ਪੱਕਾ ਹੁੰਦਾ ਅੱਜ ਉਹ ਕਿੱਥੇ ਫੌਜਾਂ ਦਾ ਜਰਨੈਲ ਆਉਂਦਾ ਮਜ਼ੇ ਦੀ ਗੱਲ ਹੈਗੀ ਮੈਂ ਬੰਦੂਕ ਮਾਰੀ ਚਿੱਤਰਾਂ ਨੂੰ ਤਾਂ ਪੱਤੇ ਸਾਹ ਛੱਡੇ ਦਰਖਤਾਂ ਦੇ ਉਹ ਭਈਆ ਆਰਾਮ ਨਾਲ ਮਾਰੀ ਕਿਸੇ ਨੂੰ ਮਾਰ ਛੱਡੀ ਤੁਸੀਂ ਕੌਣ ਹੋ ਅਸੀਂ ਰੱਬ ਦੇ ਬੰਦੇ ਖੰਭਾਂ ਨਾਲ ਉੱਡਣ ਵਾਲੇ ਪਰਿੰਦੇ ਮੋਤੀਆਂ ਵਾਲਿਓ ਤੁਸੀਂ ਕੌਣ ਹੋ ਅਸੀਂ ਹੈਗੇ ਉੱਡਦੇ ਪਰਿੰਦਿਆਂ ਤੇ ਖੰਭ ਚੜਨ ਵਾਲੇ ਸ਼ਿਕਾਰੀ ਗੋਲੀ ਜਿਹੜਾ ਹੌਲੀ ਚਲਾਉਣਾ ਝਾੜਾ ਦਿਲ ਬੜਾ ਕਮਜ਼ੋਰ ਜਿਹਾ ਤਰਬਨਾ ਝੰਡੀ ਦਾ ਰੂਪ ਤਾਰੇ ਖੜੀ ਹੈ ਉਹ ਮੂੰਹ ਤੋਂ ਕੁਝ ਬੋਲ ਫੁਲਕੇਰ ਖੈਰ ਤੋ ਹੈ ਅੱਜ ਤੇਰੀ ਖੈਰ ਨਹੀਂ ਕਿਉਂ ਮੈਂ ਤੋਂ ਕੀ ਗਲਤ ਹੋ ਗਈ ਖਿਡੌਣੇ ਨੂੰ ਜ਼ਰਾ ਪਿੱਛੇ ਖਿਡੌਣਾ ਪਿੱਛੇ ਨਹੀਂ ਜਾਏਗਾ ਤੈਨੂੰ ਕਿਸ ਖੁੱਤ ਨੇ ਦੱਸਿਆ ਦੱਸ ਮੈਂ ਬੱਚੇ ਨੂੰ ਨਾ ਮਾਰੋ ਕੀ ਕਰ ਮੈਨੂੰ ਕਿਸੇ ਦੇ ਪਿਓ ਦਾ ਡਰ ਨਹੀਂ ਲੁਕਿਆ ਕਿਉਂ ਬੈਠਿਆ ਮੈਂ ਘਰ ਦਾ ਮਾਲਿਕ ਹਾਂ ਮੇਰੀ ਮਰਜ਼ੀ ਜਿੱਥੇ ਬੈਠਾ ਚਾਹੇ ਇੱਥੇ ਬੈਠਾ ਜਾਂ ਘੋੜੇ ਤੇ ਬੈਠਾ ਵੱਡਾ ਮਾਲਿਕ ਨਹੀਂ ਮਾਰਦੀ ਆ ਜਾ ਬਾਹਰ ਨਹੀਂ ਮਾਰਦੀ ਚੰਗਾ ਇਹ ਕੋਟੇ ਨੂੰ ਭਰੇ ਰੱਖ ਲੈ ਰੱਖ ਦਿੱਤਾ ਸ਼ੁਕਰ ਹੈ ਵਾਹਿਗੁਰੂ ਦਾ ਤੈਨੂੰ ਵੀ ਅਕਲ ਆਈ ਹੈ ਵੱਡਾ ਸ਼ਿਕਾਰੀ ਬਣਦਾ ਘਰ ਦੀ ਔਰਤ ਕੋਲ ਡਰ ਕੇ ਮੰਜੇ ਹੇਠਾਂ ਮਰਦਾ ਤੂੰ ਕੋਟਾ ਮੈਨੂੰ ਗੁੱਸੇ ਨਾਲ ਮਾਰਿਆ ਸੀ ਇਹ ਲੜ ਕੀਤਾ ਸੀ ਮੈਨੂੰ ਨਹੀਂ ਲਾਡ ਆਂਦਾ ਮੈਂ ਗੁੱਸੇ ਨਾਲ ਮਾਰਿਆ ਸੀ ਬੜੀ ਚੰਗੀ ਗੱਲ ਹੈ ਮੈਨੂੰ ਵੀ ਜ਼ਿਆਦਾ ਲਾਲ ਪਸੰਦ ਨਹੀਂ ਜ਼ਰਾ ਮੇਰੇ ਵਾਸਤੇ ਚਾਹ ਬਣਾ ਕੇ ਆਈ ਜ਼ਰਾ ਥੋੜੀ ਜ਼ਿਆਦਾ ਮਲਾਈ ਪਾ ਦੇਈ ਮੈਨੂੰ ਜ਼ਰਾ ਕਬ ਦੀ ਸ਼ਿਕਾਇਤ ਹੈਗੀ ਚਾਹ ਤਾਂ ਮਿਲੇਗੀ ਪਹਿਲੇ ਵਾਅਦਾ ਕਰ ਹੁਣ ਤੂੰ ਕੁੜੀਆਂ ਨਾਲ ਨਹੀਂ ਨੱਚਣਾ ਮੈਂ ਨਹੀਂ ਨੱਚਾਂਗਾ ਮੇਰੀ ਤੋਬਾ ਤੇਰੇ ਪਿਓ ਦੀ ਤੋਬਾ ਨਹੀਂ ਨਹੀਂ ਮੈਂ ਸਿਰਫ ਤੇਰੇ ਨਾਲ ਨੱਚਾਂਗਾ ਚਾਹੇ ਜ਼ਰਾ ਛੇਤਰੀ ਆਈ ਨੇ ਮੇਰਾ ਪਸੀਨਾ ਕੱਛ ਗਿਆ ਨਹੀਂ ਤੁਹਾਡੀ ਤਾਰੀਫ ਕਰ ਰਿਹਾ ਸੀ ਕਿੰਨਾ ਪਿਆਰਾ ਕੋਟਨਾ ਹੈ ਰੋਜ਼ ਮੇਰੀ ਸੇਵਾ ਕਰਦਾ ਹੈ ਉਹ ਛੱਡਿਆ ਕਰ ਭਲਾਰ ਮਾਰੀਆਂ ਮੋਟੀਆਂ ਸੱਟਾਂ ਦੀ ਪਰਵਾਹ ਨਹੀਂ ਕਰਦੇ ਹੌਸਲਾ ਰੱਖ ਓਏ ਤੂੰ ਰਾਜਾ ਹੈ ਆਹੋ ਪਰ ਅੱਜ ਕੱਲ ਮੈਂ ਆਪਣਾ ਨਾਮ ਮਿਰਜ਼ਾ ਰੱਖ ਲਿਆ ਕਿਉਂ ਲੱਗ ਨਾ ਕਰੇ ਮਿਰਜ਼ਾ ਬਗ ਬਗ ਨਾ ਕਰ ਮੈਂ ਇੱਥੇ ਮੈਂ ਬਹਿ ਗਿਆ ਦੱਸ ਕਿਵੇਂ ਆਏ ਉਹ ਹਾਲ ਚਾਲ ਪੁੱਛਣ ਦੁੱਖ ਸੁੱਖ ਵੰਡਾਨ ਨਾਲੇ ਸੋਚਿਆ ਭਰਾ ਦੇ ਟਕੋਰ ਕਰਾਂ ਵਾ ਓ ਮਿਰਜ਼ਿਆ ਤੂੰ ਮੇਰਾ ਦੁੱਖ ਵੰਡਾਨ ਨਹੀਂ ਆਇਆ ਤੂੰ ਮੇਰੇ ਜ਼ਖਮਾਂ ਤੇ ਲੂਣ ਛਿੜਕਣ ਆਇਆ ਉਹ ਛੱਡਿਆ ਕਰ ਮਿੱਤਰਾਂ ਦਾ ਲੂਣ ਮਿਸ਼ਰੀ ਕਰਕੇ ਮੰਨੀ ਦਾ ਸੁਣਿਆ ਨਹੀਂ
ਮਿੱਤਰਾਂ ਦੇ ਲੂਣ ਦੀ ਡੱਲੀ ਮਿਸਰੀ ਬਰਾਬਰ ਜਾਣੀ ਓ ਮਿੱਤਰਾਂ ਦੇ ਲੂਣ ਦੀ ਡੱਲੀ ਮਿਸਰੀ ਬਰਾਬਰ ਤਾਂਸੇਨ ਦੀ ਔਲਾਦ ਮੇਰੇ ਕੰਡਾ ਖਾ ਦੱਸਿਓ ਆਇਆ ਭਰਾਵਾ ਬੜੇ ਜ਼ਰੂਰੀ ਕੰਮ ਆਇਆ ਉਹ ਪੱਕ ਵੀ ਉਹ ਦੋ ਦਿਨ ਆਪਣਾ ਪਿਸਤੌਲ ਤਾਂ ਮੰਗਵਾ ਦੇ ਪਿਸਤੌਲ ਆਹੋ ਪਿਸਤੌਲ ਕੋਈ ਘੋਟਣ ਹੈ ਜੋ ਤੇਰੇ ਹੱਥ ਹੀ ਫੜਾ ਦਿਆਂ ਕਦੀ ਸ਼ੀਸ਼ੇ ਵਿੱਚ ਆਪਣੀ ਸ਼ਕਲ ਵੇਖੀ ਹੈ ਸੱਚ ਓਏ ਹੀਰ ਦੇ ਮਾਮਿਆਂ ਆਹ ਬੜਾ ਸਜਿਆ ਕਿੱਥੋਂ ਦੀ ਤਿਆਰੀ ਹੈ ਆਪਣੇ ਸਹੁਰੇ ਤੋਂ ਨਹੀਂ ਚੱਲਿਆ ਤਾਂ ਹੀ ਤੇ ਤੇਰਾ ਪਿਸਤੌਲ ਮੰਗਨੇ ਆ ਅਸੀਂ ਸੋਚਿਆ ਜ਼ਰਾ ਸਾਲੀਆਂ ਤੇ ਰੋ ਵੀ ਪਾਈਏ ਤਾਂ ਫਿਰ ਪਿਸਤੌਲ ਕੀ ਅਸੀਂ ਖੁਦ ਚੱਲਣੇ ਅਸੀਂ ਖੁਦ ਬੜੀ ਵੱਡੀ ਤੋਪ ਆ ਕਿੱਥੇ ਜਾ ਰਿਹਾ ਤੋਪਾਂ ਨੂੰ ਕਿੱਥੋਂ ਆ ਗਿਆ ਕੁਛ ਨਹੀਂ ਅਸੀਂ ਐਵੇਂ ਗੱਲਾਂ ਕਰ ਰਹੇ ਸਨ ਸ਼ੇਰ ਦੇ ਸ਼ਿਕਾਰ ਦੀ ਤੈਨੂੰ ਪਤਾ ਹੈ ਮੈਨੂੰ ਸ਼ੇਰ ਦੇ ਸ਼ਿਕਾਰ ਦਾ ਕਿੰਨਾ ਸ਼ੌਕ ਹੈ ਹਾਂ ਹਾਂ ਮੇਰੇ ਦੋ ਨਹੀਂ ਚਾਰ ਕੰਨ ਨੇ ਮੈਂ ਸਭ ਸੁਣ ਲਿਆ ਹੁਣੇ ਤੂੰ ਨੱਕ ਤੋਂ ਲਕੀਰਾਂ ਕੱਢ ਰਿਹਾ ਹੁਣ ਫੇਰ ਸ਼ੁਰੂ ਹੋ ਗਿਆ ਹੁਣੇ ਫਿਰ ਕੱਢ ਦੇਣਾ ਕਿਉਂ ਮੇਰੇ ਖੱਤੂ ਤੂੰ ਫੇਰ ਆ ਗਿਆ ਮੇਰੇ ਮਰਦ ਨੂੰ ਵਿਗਾੜਨ ਤੈਨੂੰ ਸ਼ਰਮ ਨਹੀਂ ਆਉਂਦੀ ਬਿਸ਼ਰਮਾ ਓ ਚਾਚੀ ਮੈਂ ਤਾਂ ਤੇਰੇ ਹੱਥ ਦੀ ਬਣੀ ਚਾਹ ਪੀਣ ਆਇਆ ਲੋਕ ਤਾਂ ਤੇਰੀ ਚਾਹ ਦੀ ਤਾਰੀਫ ਹੀ ਬੜੀ ਕਰਦੇ ਆ ਅੱਛਾ ਆਹੋ ਫਿਰ ਤੂੰ ਬੈਠ ਮੈਂ ਤੇਰੇ ਵਾਸਤੇ ਵੀ ਚਾਹ ਬਣਾ ਕੇ ਲਿਆਨੀ ਆ ਆਰਾਮ ਨਾਲ ਆਈ ਕਿਉਂ ਚਾਚਾ ਮਾਨਣਾ ਹੈ ਨਾ ਸਾਨੂੰ ਗੁਰੂ ਓਏ ਔਰਤ ਨੂੰ ਤਾਂ ਫੂਕ ਦੇ ਕੇ ਭਾਵੇਂ ਖੂਜ ਸੁੱਟ ਦਿਓ ਮਹਾਗੁਰੂ ਨੀ ਜੱਗੀ ਸ਼ੇਰ ਲਓ ਗਰਮ ਗਰਮ ਚਾਹ ਆ ਗਈ ਹੈ ਹਾਏ ਹਾਏ ਕੀ ਘੋੜੇ ਵੇਚ ਕੇ ਸੁੱਤੇ ਹੋਏ ਨੇ ਮੈਂ ਜਗਾਨੀ ਹੈ ਇਡੀਅਟ ਸੌਰੀ ਮਾਮਾ ਜੱਗੀ ਤੂੰ ਮਮਾ ਨੂੰ ਹੋਸਟਲ ਦੀ ਮਾਈ ਸਮਝਾ ਸੀ ਨਾ ਸ਼ਟ ਅਪ ਪਤਾ ਬੋਲਿਆ ਨਾ ਗਾ ਬਸ ਬਸ ਬੰਦ ਕਰੋ ਤੁਹਾਡਾ ਇਹ ਝਗੜਾ ਖੋਤਾ ਇਹ ਲਓ ਤੁਹਾਡੀ ਬੈੱਡ ਦੀ ਪਤਾ ਨਹੀਂ ਕਿੱਥੋਂ ਭੈੜੀਆਂ ਆਸਾਂ ਲਾ ਲਈਆਂ ਨੇ ਸਵੇਰੇ ਸਵੇਰੇ ਨਾ ਦਾਤਨ ਨਾ ਮੂੰਹ ਧੋਣਾ ਨਾ ਪਾਠ ਕਰਨਾ ਬਸ ਬਿਸਤਰ ਵਿਚ ਬੈਠੇ ਬੈਠੇ ਚਾਹ ਪੀਣੀ ਮਮਾ ਤੁਹਾਨੂੰ ਕੀ ਪਤਾ ਬੈੱਡ ਦੀ ਕਿੰਨੀ ਮਜ਼ੇਦਾਰ ਹੁੰਦੀ ਹੈ ਹਾਂ ਬੈੱਡ ਦੀ ਆਮ ਸੌਰੀ ਆਮ ਰੀਲੀ ਸੌਰੀ ਸੌਰੀ ਮਮਾ ਮੈਂ ਸਰ ਨੂੰ ਵਾਅਦਾ ਕੀਤਾ ਸੀ ਬੈੱਡ ਹੀ ਰਹਿੰਦਾ ਹਾਂ ਲੇਜ਼ੀ ਆਇਆ ਮਮਾ ਮੈਂ ਜ਼ਿਆਦਾ ਲੇਟ ਤਾਂ ਨਹੀਂ ਹੋ ਗਈ ਮਰੇ ਜਾਈ ਚੱਲਣਾ ਨਾਨਕ ਲਿਖਿਆ ਨਾਲ ਸਰ ਜੱਗੀ ਸੌਰੀ ਸਰ ਆਮ ਲਿਟਲ ਲੇਟ ਚਾਹ ਲੈ ਕੇ ਆਏ ਹੋ ਇਹ ਬੈਟੀ ਹੈ ਜਾਂ ਮਾਰਨਿੰਗ ਟੀ ਸਰ ਬੈਟੀ ਪਰ ਮੈਂ ਤਾਂ ਬੈਟੀ ਲੈਂਦਾ ਨਹੀਂ ਨਾਲੇ ਹੁਣ ਤਾਂ 7 ਵਜਣ ਵਾਲੇ ਨੇ ਗੁਰਦੁਆਰੇ ਜਾਣ ਦਾ ਟਾਈਮ ਹੈ ਯੈਸ ਸਰ ਚਲੋਗੇ ਓਕੇ ਸਰ ਮੈਂ ਹੁਣੇ ਤਿਆਰ ਹੋ ਕੇ ਆਈ ਗੁਰਦੁਆਰੇ ਜਾਣਾ ਚਾਹੀਦਾ ਕਿਵੇਂ ਸਿੱਟਿਆਂ ਤੇ ਆਈ ਪਈ ਹੈ ਪੱਲੇ ਜੇ ਕਿਤੇ ਮਾੜਾ ਜਿਹਾ ਹੁਣ ਪਾਣੀ ਹੋਰ ਮਿਲ ਜੇ 200 ਮਨ ਦੀ ਬਜਾਏ 400 ਮਨ ਕਣਕ ਹੋਵੇ ਫਿਰ ਨੀ ਮੈਂ ਟੁੰਡੇ ਲਾੜ ਦੀ ਪਰਵਾਹ ਕਰਦਾ ਫਿਰ ਤਾਂ ਮੈਂ ਉਡਾ ਦਿਆਂ ਤੋਤੇ ਤੇ ਪਾ ਦਿਆਂ ਮੋਚੇ ਫਿਰ ਨੀ ਪ੍ਰਭਾਵ ਦੇਖਦੇ ਆ ਗੱਲ ਕਰਕੇ ਜੇ ਪਰਾਂ ਬਾਬਾ ਮੰਨ ਜੇ ਦੇਖਦੇ ਆ ਚੱਲੀਏ ਵੀ ਦੇਖੀਏ ਫਿਰ ਤਾਂ ਮੌਜ ਬਣ ਜੇ ਆਪਾਂ ਬਾਜ ਨਾ ਹੋਏ ਇਕੱਠੀ ਮੋਇਆ ਸਾਥ ਨਾ ਜਾਈ ਓਏ ਹੋਏ ਓਏ ਤਾਂ ਪਹਿਲੇ ਪਾਣੀ ਪੜੀ ਜਾਂਦਾ ਇਹ ਕਿੱਥੇ ਸੂਤ ਆਇਆ ਓਏ ਸਾਥ ਤਾਂ ਮੈਂ ਵੀ ਬਥੇਰਾ ਲੈ ਜੂ ਪਹਿਲਾਂ ਇਕੱਠੀ ਤਾਂ ਹੋਵੇ ਮੋਰ ਤਾਂ ਉੱਡਣ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਤੁਹਾਨੂੰ ਲੰਘ ਰਿਹਾ ਸੀ ਮੈਂ ਕਿਹਾ ਬਾਬਾ ਜੀ ਦਰਸ਼ਨ ਹੀ ਕਰ ਚੱਲੀ ਬਾਬਾ ਜੀ ਦਰਸ਼ਨ ਕਰਾ ਛੇਤੀ ਛੇਤੀ ਹੁੰਦੇ ਆ ਲਓ ਤੁਹਾਡੀਆਂ ਤੰਗਾਂ ਦੱਬਦੀ ਹੈ ਲਓ ਵਾਹਿਗੁਰੂ ਸਾਨੂੰ ਪਾਪੀ ਜੀਆਂ ਨੂੰ ਸੇਵਾ ਕਰਨ ਦਾ ਕਿੱਥੇ ਮੌਕਾ ਮਿਲਦਾ ਰੱਬ ਨੇ ਕਿੰਨਾ ਨੂਰ ਬਖਸ਼ਿਆ ਤੁਹਾਡਾ ਮੱਥਾ ਕਿੰਨਾ ਲਿਸ਼ਕ ਰਿਹਾ ਬਾਬਾ ਜੀ ਲਿਸ਼ਕੇ ਵੀ ਕਿਉਂ ਨਾ ਭਾਗਾਂ ਵਾਲਾ ਹੋਇਆ ਅਸੀਂ ਵੀ ਭਾਗਾਂ ਵਾਲੇ ਜਿਨ੍ਹਾਂ ਨੂੰ ਤੁਹਾਡੇ ਦਰਸ਼ਨ ਹੋ ਗਏ ਵਾਹ 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 ਵਾਹ
ਭਗਤਾ ਪਾਰ ਨਾ ਚੜਾ, ਤੂੰ ਆਪਣਾ ਕਸ਼ਟ ਦੱਸ। ਕਸ਼ਟ ਦੱਸਣ ਤਾਂ ਆਏ ਆ ਬਾਬਾ ਜੀ, ਪਰ ਪਿਆਸਾ ਖੂਹ ਕੋਲੇ ਆਵੇ ਹੀ ਆਵੇ। ਤੁਸੀਂ ਤਾਂ ਜਾਨੀ ਜਾਨ ਹੋ, ਬੁੱਝ ਲੋ, ਜੇ ਨਾ ਬੁੱਝਿਆ ਤਾਂ ਦੱਸ ਦਿਆਂਗੇ। ਪਿਆਸੇ ਨੂੰ ਪਾਣੀ ਪਿਆਉਣਾ ਤੁਹਾਡਾ ਧਰਮ ਹੈ ਬਾਬਾ ਜੀ, ਬਸ ਫਸਲ ਸਿੱਟਿਆਂ ਤੇ ਖੜੀ ਹੈ, ਇੱਕ ਛਲ ਹੋਰ ਜੋ ਫਿਰ ਤਾਂ ਪੌ ਬਾਰਾ ਹੋ ਜੂਗੀ ਬਸ। ਆਪਣੀ ਵਾਰੀ ਨਾਲ ਤੇਰੀ ਫਸਲ ਨੀ ਲੱਗਦੀ ਭਗਤਾ? ਲੱਗਦੀ ਤਾਂ ਹੈ ਬਾਬਾ ਜੀ, ਪਰ ਜੇ ਥੋੜੀ ਜਿਹੀ ਪਾਣੀ ਦੀ ਕਿਰਪਾ ਹੋਰ ਕਰ ਦਿਓ ਤਾਂ ਐਡੇ ਐਡੇ ਸਿੱਟੇ ਹੋਣ ਕਿਲੋ ਕਿਲੋ ਦੇ ਬਾਬਾ ਜੀ। ਗੁਰੂਆਂ ਨੇ ਕਿੰਨੀ ਸੋਹਣੀ ਚੀਜ਼ ਕਹੀ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਪਰਾਏ ਅੱਖ ਤੇ ਕਦੇ ਅੱਖ ਨਹੀਂ ਰੱਖਣੀ ਚਾਹੀਦੀ, ਸਬਰ ਤੇ ਸੰਤੋਖ ਸਭ ਤੋਂ ਵੱਡਾ ਗੁਣ ਹੈ। ਜਾ ਸਬਰ ਕਰ, ਵਾਹਿਗੁਰੂ ਦੀ ਕਿਰਪਾ ਹੋਏਗੀ, ਜਾ ਜਾ। ਹਾਂ, ਕਦੇ ਕੰਮ ਦੀ ਗੱਲ ਵੀ ਕਰਿਆ ਕਰੋ, ਹੋਰ ਪਾਸੇ ਮੋਰ ਉਡਾਈ ਜਾਂਦੇ ਹੋ। ਸ੍ਰੀ ਵਾਹਿਗੁਰੂ। ਓਏ ਬਾਬੇ ਨੇ ਤਾਂ ਉਡਾ ਤੇ ਤੋਤੇ ਤੇ ਪਾ ਤੇ ਮੋਸ਼ੇ, ਇਹ ਮੈਨੂੰ ਪਤਾ ਨਹੀਂ ਸੀ ਬਾਬਾ ਐ ਕਰੂਗਾ। ਇਹ ਭਾਗਾਂ ਵਾਲਾ ਤਾਂ ਮਿਲ ਹੀ ਜਾਊਗਾ, ਜੇ ਤੂੰ ਭਾਗਾਂ ਚ ਵਾਧਾ ਕਰ ਦਿੰਦਾ ਤਾਂ ਤੇਰਾ ਢਿੱਡ ਦੁਖਦਾ ਸੀ, ਟੰਗਾ ਦਬਦੇ ਦਬਦੇ ਹੱਥ ਵੀ ਦੁਖਣ ਲੱਗ ਪਏ। ਅੱਗੋਂ ਟੰਗਾ ਕਿਹੜੀਆਂ ਘੱਟ ਮੋਟੀਆਂ, ਮੂਸਰੇ ਵਰਗੀਆਂ ਪਈਆਂ, ਉਹ ਬਾਣੀਆਂ ਤੂੰ ਵੀ ਕਮਲਾ, ਝੋਟਿਆਂ ਵਾਲੇ ਘਰੋਂ ਲੱਸੀ ਪਾਲਦਾ, ਕਰੋੜੀ ਮੱਲਾ ਅੱਜ ਤੇਰੇ ਨਾਲ ਹੋਈ ਬਹੁਤ ਬੁਰੀ ਹੈ। ਚਲੋ ਚੰਗਾ, ਚੱਲ ਦੁਕਾਨ ਤੇ। ਮੈਂ ਤੈਨੂੰ ਕੁੱਟ ਦਊ, ਖੋਤਾ ਨਾ ਹੋਵੇ ਤਾਂ ਉਹ ਤਾਂ ਬੋਲੀ ਜਾਂਦਾ। ਜੇ ਤੁਸੀਂ ਖਾਣਾ ਖਾ ਕੇ ਸੌਣ ਨਹੀਂ ਗਏ, ਇੱਥੇ ਆ ਕੇ ਬਹਿ ਗਏ? ਹਾਂ ਮੰਮੀ। ਮਾਮਾ ਥੋੜੀ ਦੇਰ ਹੋਰ ਬੈਠ ਲੈਂਦੇ ਹੋ ਨਾ? ਠੀਕ ਹੈ, ਮੈਂ ਵੀ ਬਹਿਣੀ ਹੈ, ਤੁਹਾਡੀਆਂ ਗੱਲਾਂ ਸੁਣਨਾ। ਵੈਰੀ ਗੁੱਡ। ਇਹ ਵੇਖੋ, ਇਹ 100 ਦਾ ਨੋਟ ਹੈ, ਇਹ ਮੈਂ ਉਹਨੂੰ ਦਵਾਂਗੀ ਜਿਹੜੀ ਐਸੀ ਬੁਝਾਰਤ ਪਾਵੇ ਜਿਹੜੀ ਕਿਸੇ ਕੋਲੋਂ ਬੁਝੀ ਨਾ ਜਾਵੇ। ਮਾਮਾ ਮੈਂ ਪਾਵਾਂ? ਜੇ ਮੈਂ ਬੁਝਲੀ ਫੇਰ? 100 ਦਾ ਨੋਟ ਤੇਰਾ, ਪਰ ਜੇ ਤੂੰ ਬੁਝੀ ਹੀ ਨਹੀਂ ਜਾਣੀ। ਤਿੰਨ ਕੀੜੀਆਂ ਜਾ ਰਹੀਆਂ ਸੀ ਸ਼ਿਕਾਰ ਖੇਡਣ। ਨਹੀਂ ਨਹੀਂ, ਮੇਰਾ ਮਤਲਬ ਹੈ ਕਿ ਰਸਤੇ ਰਸਤੇ ਜਾ ਰਹੀਆਂ ਸਨ। ਅਗਲੀ ਕੀੜੀ ਕਹਿੰਦੀ ਮੇਰੇ ਪਿੱਛੇ 2 ਕੀੜੀਆਂ, ਪਿਛਲੀ ਕਹਿੰਦੀ ਮੇਰੇ ਅੱਗੇ 2 ਕੀੜੀਆਂ। ਹੁਣ ਦੱਸ ਕਿੰਨੀਆਂ ਕੀੜੀਆਂ? ਦੱਸ ਦੱਸ ਦੱਸ। ਮੰਮੀ ਐ ਕੀ ਬੁਝਾਰਤ ਹੈ? ਯੂ ਮੀਨ ਸੋ ਸਿੰਪਲ? ਤਾਂ ਫਿਰ ਅੱਗੇ ਸੁਣ। ਵਿਚਕਾਰਲੀ ਕੀੜੀ ਕਹਿੰਦੀ ਮੇਰੇ ਅੱਗੇ 2 ਕੀੜੀਆਂ ਤੇ ਮੇਰੇ ਪਿੱਛੇ 2 ਕੀੜੀਆਂ, ਬੁਝ? ਹੁਣ ਕੀ ਹੋਇਆ? ਮਾਮਾ 100 ਦਾ ਨੋਟ ਇੱਥੇ ਰੱਖ ਦਿਓ, ਆਈ ਮੀਨ ਹੇਅਰ ਹੇਅਰ ਹੇਅਰ। ਚੱਲ ਸਭ ਹਾਰ ਗਏ ਨਾ, ਹਾਰ ਗਏ? ਸ਼ੁਡ ਆਈ ਪਿਕ ਇਟ ਅਪ? ਸ਼ੁਡ ਆਈ? ਬਟ ਮਾਈ ਡਾਰਲਿੰਗ ਡੌਟਰ। ਨਹੀਂ ਮਾਮਾ, ਮੈਂ ਇੱਕ ਬਹਾਦਰ ਸਿੰਘ ਨਹੀਂ ਹਾਂ ਜਿਸ ਨੂੰ ਕੋਈ ਨਹੀਂ ਜਿੱਤ ਸਕਦਾ। ਜਿੱਤੋਗੇ? ਵਾਹਿਗੁਰੂ ਵਾਹਿਗੁਰੂ, ਤੈਨੂੰ ਕੋਈ ਨਹੀਂ ਜਿੱਤ ਸਕਦਾ। ਇਹ ਦੱਸ ਕਿ ਅਗਲੀ ਕੀੜੀ ਕਹਿੰਦੀ ਹੈ ਮੇਰੇ ਪਿੱਛੇ 2 ਕੀੜੀਆਂ, ਤੇ ਪਿਛਲੀ ਕਹਿੰਦੀ ਹੈ ਮੇਰੇ ਅੱਗੇ 2 ਕੀੜੀਆਂ, ਤੇ ਵਿਚਲੀ ਕਹਿੰਦੀ ਹੈ ਮੇਰੇ ਪਿੱਛੇ ਵੀ 2 ਤੇ ਮੇਰੇ ਅੱਗੇ ਵੀ 2 ਕੀੜੀਆਂ। ਇਹ ਕਿਵੇਂ ਹੋਇਆ? ਬਸ ਤੁਸੀਂ ਸਭ ਹਾਰ ਗਏ ਨਾ? ਹਾਰ ਗਏ? ਮਾਮਾ ਉਹ ਕੀੜੀ ਪੋਤਣੀ ਤਾਂ ਝੂਠ ਬੋਲਦੀ ਸੀ। ਸਰ ਇਹ ਕੀ ਲਿਖ ਰਹੇ ਹੋ ਤੁਸੀਂ? ਜੱਗੀ, ਮੈਂ ਮਾਈ ਭਾਗੋ ਤੇ ਇੱਕ ਚੈਪਟਰ ਲਿਖ ਰਿਹਾ। ਮਾਈ ਭਾਗੋ? ਉਹ ਕੌਣ ਸੀ? ਜੱਗੀ,
ਬੜੇ ਅਫਸੋਸ ਦੀ ਗੱਲ ਹੈ ਕਿ ਤੂੰ ਇੱਕ ਸਿੱਖ ਲੜਕੀ ਹੋਣ ਦੇ ਬਾਵਜੂਦ ਵੀ ਇਹ ਨਹੀਂ ਜਾਣਦੀ ਕਿ ਮਾਈ ਭਾਗੂ ਕੌਣ ਸੀ। ਸੌਰੀ ਸਰ, ਆਮ ਰੀਲੀ ਵੈਰੀ ਸੌਰੀ, ਪਰ ਇਹਦੇ ਵਿੱਚ ਮੇਰਾ ਕੀ ਕਸੂਰ ਹੈ? ਸਾਨੂੰ ਕਦੇ ਕਿਸੇ ਨੇ ਇਹੋ ਜਿਹੀਆਂ ਗੱਲਾਂ ਦੱਸਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਕਿਉਂਕਿ ਤੈਨੂੰ ਤਾਂ ਸਿੱਖ ਹਿਸਟਰੀ ਪੜ੍ਹਨੀ ਚਾਹੀਦੀ ਹੈ, ਕਿਉਂਕਿ ਜ਼ਿਆਦਾ ਸਿੱਖ ਹਿਸਟਰੀ ਤਾਂ ਇੰਗਲਿਸ਼ ਵਿੱਚ ਹੈ। ਵੈਸੇ ਅੱਜ ਕੱਲ ਕੁਝ ਵਿਦਵਾਨ ਪੰਜਾਬੀ ਵਿੱਚ ਵੀ ਬਹੁਤ ਅੱਛੀ ਤਰ੍ਹਾਂ ਲਿਖ ਰਹੇ ਨੇ। ਚੱਲ ਉੱਠ ਵੱਡੀ ਪੜਾਕੂ, ਆ ਤਾਸ਼ ਖੇਡੀ। ਮੈਂ ਨਹੀਂ ਖੇਡਦੀ ਤਾਸ਼, ਮੈਂ ਪੜ੍ਹ ਰਹੀ ਹਾਂ। ਜੇ ਸਰ ਚਾਰ ਪੰਜ ਦਿਨ ਹੋਰ ਰਹਿ ਗਏ ਨਾ, ਤੂੰ ਕਮੋ ਗਈ। ਸ਼ਟ ਅਪ, ਗੈਟ ਆਊਟ। ਮੀ ਮੈਂ ਨਹੀਂ ਜਾਵਾਂਗਾ, ਇੱਥੇ ਬੈਠ ਕੇ ਤਾਸ਼ ਖੇਡਾਂਗਾ। ਤੂੰ ਤਾਸ਼ ਖੇਡੇਂਗਾ? ਤੂੰ ਇੱਥੇ ਜਾਣਾ ਹੈ ਕਿ ਨਹੀਂ? ਬਲੇ ਤਾਸ਼ ਖੇਡ। ਮੈਂ ਕੀ ਕਿਹਾ, ਤੂੰ ਜਾਣਾ ਹੈ ਕਿ ਨਹੀਂ? ਬੋਲੇ ਸੋਨਿਆ, ਸਤਿ ਸ੍ਰੀ ਅਕਾਲ, ਮੈਨੂੰ ਜਾਣ ਦੇ, ਮੈਂ ਤੇਰੇ ਤੇ ਪੈਰਾਂ ਲਾ ਜਾਵਾਂਗਾ। ਮੰਮੀ ਛੁਕ 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 ਛੁਕ। ਸਰ ਇੰਜਨ ਰੁਕ ਗਿਆ। ਵੇ ਹੁਣ ਤੇ ਇੰਜਨ ਨਾ ਆਖ, ਕਿੰਨੀ ਪਤਲੀ ਹੋ ਕੇ ਆਈ ਆ, ਕਮਰ ਛਿੱਤੀ ਵਰਗੀ ਹੋ ਗਈ ਹੈ। ਸਰ ਬਚੇ ਬਟੇਰ ਸਾਰੇ ਇਸੇ ਦੇ ਕੰਮ ਆਉਂਦੇ ਨੇ। ਲੋ ਦੱਸੋ ਜੀ, ਦੋ ਦਰਜਨ ਬਟੇਰ ਇੱਕ ਵੇਲੇ ਖਾਣੀ ਆ, ਦੋ ਦਰਜਨ ਬਟੇਰ ਬਹੁਤੇ ਹੁੰਦੇ ਨੇ। ਨਹੀਂ ਜੀ, ਤੰਦਰੁਸਤ ਸਿਹਤ ਵਾਸਤੇ ਕੋਈ ਬਹੁਤੇ ਨਹੀਂ। ਹਾਂ ਵੇਖਿਆ ਭੈੜ ਆ, ਇਹ ਸੱਚ ਮੇਰੀ ਮੇਮ ਧੀ ਕਿੱਥੇ? ਸਾਵਧਾਨ, ਖਬਰਦਾਰ ਜੇ ਮੈਨੂੰ ਮੇਮ ਕਿਆ। ਇਹ ਮੋਟੀ ਲੱਗਦੀ ਹੈ ਕਿ ਨਹੀਂ ਪੂਰਨ ਸਿੰਘ ਨੀ? ਮੈਂ ਸਦਕੇ ਜਾਵਾ ਧੀਏ, ਤੈਨੂੰ ਪਤਾ ਹੈ ਇਹ ਕਿਰਪਾਨ ਕਿਹੜੇ ਗੁਰੂ ਮਹਾਰਾਜ ਨੇ ਬਖਸ਼ੀ ਹੈ? ਪਰ ਤੈਨੂੰ ਪੂਰਬਨ ਨੂੰ ਕੀ ਪਤਾ? ਮੈਨੂੰ ਪੂਰਬਨ ਨਾ ਸਮਝੀ, ਜਦ ਦਾ ਤੇਰਾ ਫੌਜੀ ਚਾਚਾ ਮੈਨੂੰ ਲਿਆਇਆ, ਮੈਨੂੰ ਗੁਰੂ ਘਰ ਨਾਲ ਬੜਾ ਪਿਆਰ ਹੋ ਗਿਆ। ਝੂਠ, ਇਹ ਦਿਖ ਲਾਈ। ਲਾਈ ਕਿਵੇਂ ਲਾਈ? ਤੂੰ ਲਾਈ, ਤੂੰ ਝੂਠੀ। ਝੂਠੀ ਝੂਠੀ ਨਹੀਂ, ਮੈਂ ਵੀ ਪੂਰੀ ਸਿੰਘਣੀ ਆ। ਕੋਈ ਸਬੂਤ, ਕੋਈ ਨਿਸ਼ਾਨੀ ਵਿਖਾਵਾ? ਵਿਖਾ, ਸ਼ੋ ਮੀ, ਵਿਖਾਵਾ? ਚੱਲ ਜਾਣ ਦੇ ਧੀਏ। ਜਗੇ ਆਈ, ਜਗੇ ਛੇਤੀ ਆਣਾ, ਸ਼ਿਕਾਰ ਤੋਂ ਨਿਕਲ ਜਾਏਗਾ। ਸਰ ਤੁਸੀਂ ਕਿੱਥੇ ਜਾ ਰਹੇ ਹੋ? ਚਲੋ ਨਾ ਸ਼ਿਕਾਰ ਖੇਡਣ ਚੱਲੀਏ। ਨਹੀਂ ਜੱਗੀ, ਮੈਂ ਸ਼ਿਕਾਰ ਖੇਡਣ ਨਹੀਂ ਜਾ ਸਕਦਾ, ਮੈਂ ਦਮਦਮਾ ਸਾਹਿਬ ਜਾ ਰਿਹਾ ਗੁਰੂ ਸਾਹਿਬ ਦੇ ਬਸਤਰ ਦੇਖਣ ਵਾਸਤੇ। ਸਰ ਉਹ ਸੱਚੀ ਮੱਚੀਦਾ? ਹਾਂ, ਕਿਸੇ ਸ਼ਰਧਾਲੂ ਨੇ ਸੰਭਾਲ ਕੇ ਰੱਖਿਆ। ਸਰ ਮੈਂ ਵੀ ਤੁਹਾਡੇ ਨਾਲ ਚੱਲਾਂਗੀ। ਚਲੋ ਚੱਲ ਵੀਰ, ਆਪਾਂ ਵੀ ਚੱਲੀਏ। ਨਾ ਬਾਈ, ਆਪਾਂ ਤਾਂ ਸ਼ਿਕਾਰ ਖੇਡਣ ਜਾਵਾਂਗੇ। ਤੂੰ ਜਾ ਫਿਰ, ਮੈਂ ਸਰ ਨਾਲ ਜਾਵਾਂਗੀ। ਚਲੋ ਸਰ ਚੱਲੀਏ, ਪਰ ਪਹਿਲਾਂ ਮਾਤਾ ਜੀ ਨੂੰ ਤਾਂ ਪੁੱਛੋ। ਬਾਏ ਬਾਏ। ਜੱਗੀ, ਇਹ ਦਸ਼ਮੇਸ਼ ਪਿਤਾ ਦੇ ਬਸਤਰ ਨੇ, ਇਹਨਾਂ ਤੇ ਅੱਜ ਵੀ ਖੂਨ ਦੇ ਨਿਸ਼ਾਨ ਮੌਜੂਦ ਹਨ। ਨਸ਼ਾ ਭਰਮ ਭ੍ਰਿਸ਼ਟ ਕਰਦਾ ਤੇ ਸਿਹਤ ਲਈ ਵੀ ਹਾਨੀਕਾਰਕ। ਲੱਗੇ ਹੋਏ ਹਨ ਜਣਾ ਹਰੀਆਂ ਦੂਣੇ ਇਕਬਾਲ, ਜੋੜੀਆਂ ਸਲਾਮਤ ਰਹਿਣ, ਗਰੀਬਾਂ ਨੂੰ ਦਾਨ ਦੇਣ ਵਾਲੇ ਸਲਾਮਤ ਰਹਿਣ ਤੇ ਗਰੀਬਾਂ ਨੂੰ ਦਾਨ ਮਿਲਦੇ ਰਹਿਣ। ਸਰਦਾਰ ਜੀ, ਤੁਹਾਡਾ ਕੁੱਕਰ ਤੁਹਾਡੇ ਦਰ ਤੇ ਵੇਖੋ ਕੀ ਲੈ ਕੇ ਆਇਆ। ਸ਼ਿਕਾਰੀਆ ਚਿੱਤਰ ਰਿਹਾ। ਸਰਦਾਰ ਜੀ, ਤੁਹਾਡੀ ਨਜ਼ਰ ਲਾਉਣ ਵਾਸਤੇ ਆਇਆ। ਬੜੇ ਬੜੇ ਤਗੜੇ ਤਗੜੇ ਚਿੱਤਰ ਬੜੀ ਮੁਸ਼ਕਿਲ ਨਾਲ ਫੜ ਕੇ ਲਿਆ, ਚਲ ਚੱਲ ਕੇ ਬਾਹਰ ਵੇਖੋ, ਉਹਨਾਂ ਨੂੰ ਵੇਖ ਕੇ ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ। ਸ਼ਿਕਾਰੀਆ, ਤੂੰ ਸਾਨੂੰ ਉਹ ਥਾਂ ਨਹੀਂ ਦੱਸਦਾ ਜਿੱਥੋਂ ਚਿੱਤਰ ਫੜ ਕੇ ਲਿਆਣਾ? ਮੋਤੀਆਂ ਵਾਲਿਓ, ਤੁਹਾਨੂੰ ਉਹ ਥਾਂ ਦੱਸ ਕੇ ਮੈਂ ਭੁੱਖਿਆ ਮਰਨਾ। ਡੈਡੀ, ਅੱਜ ਚਿੱਤਰ ਬਣਾਵਾਂਗੇ। ਓ ਸ਼ੋਰ ਸ਼ੋਰ, ਸ਼ਿਕਾਰੀ ਨੂੰ ਦੋਵਾਂ ਕਣਕ ਜੋ ਭਾਈ।
ਸਤਾਰੀਆਂ ਬਣੀਆਂ ਰਹਿਣ, ਦਾਨ ਹੁੰਦੇ ਰਹਿਣ ਤੇ ਸਾਨੂੰ ਦਾਨ ਮਿਲਦੇ ਰਹਿਣ। ਕਬੀਰਾ ਤੇਰੀ ਝੋਂਪੜੀ ਗਲਕਟੀਆਂ ਕੇ ਪਾਸ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਭਇਓ ਉਦਾਸ। ਮੈਨੂੰ ਕੁਝ ਕਿਹਾ ਮਹਾਰਾਜ? ਨਹੀਂ ਮਹਾਰਾਜ, ਤੁਹਾਨੂੰ ਕੁਛ ਨੀ ਕਿਹਾ। ਲੱਗਾ ਰਹੀ ਸੀ ਜਿਵੇਂ ਮੈਨੂੰ ਕੁਝ ਕਿਹਾ ਜੀ। ਫਿਰ ਸ਼ਿਕਾਰੀ ਸਾਹਿਬ, ਤੁਸੀਂ ਖੁਦ ਸਿਆਣੇ ਹੋ। ਸਰਦਾਰ ਜੀ, ਇਸ ਪਾਪੀ ਪੇਟ ਲਈ ਬੜਾ ਕੁਝ ਕਰਨਾ ਪੈਂਦਾ। ਪਰ ਪਾਪੀ ਪੇਟ ਇਹ ਤਾਂ ਨੀ ਕਹਿੰਦਾ ਸ਼ਿਕਾਰੀਆ ਕਿ ਕੁਦਰਤ ਦੀਆਂ ਸੁੰਦਰ ਚੀਜ਼ਾਂ ਨੂੰ ਮਾਰ ਮਾਰ ਕੇ ਖਾਈ ਜਾਓ। ਪਰ ਪਾਪ ਤੇ ਖਾਣ ਵਾਲੇ ਨੂੰ ਲੱਗਦਾ। ਫੜ ਕੇ ਲਿਆਣਾ ਵੱਡਾ ਦੋਸ਼ ਹੈ ਸ਼ਿਕਾਰੀਆ। ਮੇਰਾ ਖਿਆਲ ਹੈ ਮੇਰੀਆਂ ਅੱਖਾਂ ਉਦੋਂ ਦੀਆਂ ਖਰਾਬ ਹੋਈਆਂ ਨੇ। ਕਿਸ ਦਿਨ ਦੀਆਂ? ਉਹ ਕੀ ਦੱਸਾਂ ਮਹਾਰਾਜ, ਬੰਦਾ ਤੇ ਮੈਂ ਵੀ ਬੜਾ ਕਪੱਤਾ ਨਾ। ਇੱਕ ਦਿਨ ਮੈਂ ਬਟੇਰੇ ਪਗੜ ਲਿਆ, ਮੈਂ ਸੋਚਿਆ ਇਹਨਾਂ ਨੂੰ ਕੱਲ ਵੇਚਾਂਗੇ। ਫਿਰ ਖਿਆਲ ਆਇਆ ਕਿ ਰਾਤੀ ਇਹ ਭੱਜ ਨਾ ਜਾਣ, ਮੈਂ ਉਹਨਾਂ ਦੀਆਂ ਅੱਖਾਂ ਕੱਢ ਲਈਆਂ। ਰਾਤੀ ਮੈਂ ਚੰਗਾ ਬਲਾ ਸੁੱਤਾ, ਸਵੇਰੇ ਉੱਠਿਆ ਤੇ ਮੇਰੀਆਂ ਅੱਖਾਂ ਦੇ ਪੇਚ ਢਿੱਲੇ ਹੋਏ ਸਨ। ਕੋਈ ਅੱਖ ਪਟਿਆਲੇ ਭੱਜ ਰਹੀ ਸੀ ਤੇ ਕੋਈ ਨਾਭੇ। ਮੇਰੇ ਵਸ ਚ ਨਹੀਂ ਰਹੀਆਂ। ਦੇਖੋ ਨਾ, ਪਤਾ ਨਹੀਂ ਕਿੰਨੇ ਰੱਬ ਦੇ ਜੀ ਮਾਰ ਮਾਰ ਕੇ ਆ ਛੜੇ ਨੇ ਤੇ ਵੇਚ ਛੜੇ ਨੇ। ਹੁਣ ਰਾਤਾਂ ਨੂੰ ਨੀਂਦ ਨੀ ਆਉਂਦੀ, ਜਿਵੇਂ ਸਾਰੇ ਇਕੱਠੇ ਹੋ ਕੇ ਮੈਨੂੰ ਚੁੰਝਾਂ ਨਾਲ ਨੋਚ ਰਹੇ ਹੋਣ। ਮੇਰੀ ਛਾਤੀ ਤੇ ਕੋਈ ਆ ਕੇ ਬਹਿ ਜਾਂਦਾ, ਮੇਰਾ ਸਾਹ ਘੁੱਟਿਆ ਜਾਂਦਾ, ਮੇਰੀਆਂ ਹੱਡੀਆਂ ਪਸਲੀਆਂ ਦੁਖਦੀਆਂ ਨੇ, ਮੇਰੇ ਸਰੀਰ ਦਾ ਸਾਰਾ ਇੰਜਰ ਪਿੰਜਰ ਢਿੱਲਾ ਹੋ ਗਿਆ। ਅਜੇ ਨਰਕਾਂ ਚ ਜਾਣਾ, ਉੱਥੇ ਜਮਾਂ ਨੇ ਸਾਡੇ ਨਾਲ ਜਵਾਨੀ ਕੀ ਕੀ ਕਰਨਾ ਉਹ ਪਤਾ ਨੀ। ਸ਼ਿਕਾਰੀਆ, ਇਹ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਹਲਾ, ਮੇਰੇ ਕਰਨ ਦਾ ਵੀ ਫਿਰ ਕੁਛ ਹੋ ਸਕਦਾ ਹੈ? ਜੱਗੀ, ਹੈ 10 ਵਜ ਗਏ? ਨਾ ਸਰ, ਅਜੇ 6 ਹੀ ਵਜੇ ਨੇ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਜੱਗੀ, ਮੈਂ ਸੁਪਨਾ ਤਾਂ ਨਹੀਂ ਦੇਖ ਰਿਹਾ? ਨਾ ਸਰ, ਇਹ ਹਕੀਕਤ ਹੈ। ਕਮਾਲ ਹੋ ਗਈ ਜੱਗੀ, ਉਹ ਸਵੇਰ 6 ਵਜੇ ਉੱਠਣਾ ਕੁਛ ਸਮਝ ਨਹੀਂ ਆਇਆ। ਸਵੇਰੇ ਸਵੇਰੇ ਤੂੰ ਚਾਹ ਬਣਾ ਕੇ ਲਿਆਈ? ਉਹ ਪੂਰਨ ਮਰ ਗਈ ਹੈ ਕਿ? ਵੱਡੇ ਘਰਾਂ ਦੇ ਬੱਚੇ ਕੰਮ ਨਹੀਂ ਕਰਦੇ। ਡੈਡੀ, ਆਪਣੇ ਹੱਥਾਂ ਨਾਲ ਕੰਮ ਕਰਨਾ ਚਾਹੀਦਾ ਔਰ ਸਵੇਰੇ ਉੱਠਣਾ ਚਾਹੀਦਾ। ਆਈ ਮੀਨ, ਵਨ ਸ਼ੁੱਡ ਗੈਟ ਅਪ ਅਰਲੀ ਇਨ ਦਾ ਮਾਰਨਿੰਗ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਡੈਡੀ ਲਓ। ਇਹ ਮੈਂ ਕੀ ਦੇਖ ਰਿਹਾ? ਜੱਗੀ ਜਿੱਕਾ, ਉਹ ਵੀ ਸਵੇਰੇ 6 ਵਜੇ? ਕੁਛ ਸਮਝ ਨਹੀਂ ਆਉਂਦਾ। ਉਹ ਚੰਡੀ ਪੱਟਾ, ਉਹ ਕਿਵੇਂ ਦਗੜ ਦਗੜ ਕਰਦਾ ਜਾਂਦਾ? ਕੀ ਗੱਲ ਹੈ ਕਰਾਲਾ? ਮੈਂ ਤੇਰੇ ਨਾਲ ਗੱਲ ਕਰਨੀ ਹੈ। ਮੈਂ ਤੇਰੇ ਜਿਹਾ ਕਿਹੜਾ ਦੋਦੀ ਥਾਂ ਤੇ ਹੱਥ ਲਾਦਾ? ਤੂੰ ਤਾਂ ਯਾਰ ਹੱਟੀ ਦੇ ਗੇੜਾ ਮਾਰਨ ਹਟ ਗਿਆ। ਨਾ ਨੂਣ, ਨਾ ਚਾਹ, ਨਾ ਗੁੜ। ਦੂਜਾ ਦਾ ਗੁੜ ਬਾਹਲਾ ਮਿੱਠਾ ਹੁੰਦਾ ਕਿ ਦੂਜੇ ਤੈਨੂੰ ਮੁਫ਼ਤ ਦੇ ਦਿੰਦੇ ਆ? ਤੂੰ ਤਾਂ ਮੋਰ ਹੀ ਉਡਾ ਦੇ ਮੇਰੇ ਯਾਰ। ਅਗਲੇ ਸਾਲ ਸਾਲ ਪੈਸਿਆਂ ਵਾਲੀ ਆਵਾਜ਼ ਨੀ ਮਾਰਦੇ ਤੇ ਤੂੰ ਤੀਜੇ ਦੇ ਨਾਲ ਖੁੰਡੀ ਖੜਕਾਉਂਦਾ? ਮੋਰ ਉਡਾ ਤੇ ਮੇਰੇ ਯਾਰ। ਚੱਲ ਤੂੰ 2 ਸਾਲ ਪੈਸੇ ਨਾ ਦੇਈ, ਪਰ ਸਾਡੀ ਹੱਟੀ ਤੋਂ ਮੂੰਹ ਨਾ ਮੋੜ। ਤੇਰੇ ਬਗੈਰ ਤਾਂ ਸਾਡੀ ਹੱਟੀ ਦੀ ਰੌਣਕ ਹੀ ਅੱਧੀ ਰਹੇਗੀ ਯਾਰ। ਸੱਚ ਨਾਲ ਗੱਲ ਸੁਣੋ ਚੰਨੀ, ਅੱਜ ਕੱਲ ਸਾਡੀ ਹੱਟੀ ਤੋਂ ਨੂਣ ਤੇਲ ਲੈਣ ਆਉਂਦੀ ਆ। ਸਾਡੀ ਬਣਿਆ ਨੀ, ਇਹਨੂੰ ਪੱਕੀ ਸਹੇਲੀ ਬਣਾ ਲਿਆ, ਹੁਣ ਤਾਂ ਆਇਆ ਕਰੇਗਾ ਨਾ ਯਾਰ। ਚੰਨੀ ਆਉਣ ਲੱਗ ਪਈ ਤਾਂ ਹੀ ਉਹ ਤੋਤੇ ਕਰਾਰ ਦੀ ਹੱਟੀ ਤੇ ਕਦੀ ਨੀ ਦੇਖੀ। ਅਸੀਂ ਐਵੇਂ ਮੋੜ ਤੇ ਝੰਡੀ ਗੱਡ ਕੇ ਬੈਠੇ ਰਹਿੰਦੇ। ਗਰੂੜੀਆ, ਤੂੰ ਸੱਚ ਕਹਿੰਦਾ? ਤੂੰ ਬੰਦਾ ਬੜਾ ਪੱਤੇਬਾਜ਼ ਏ, ਚੰਗਿਆ ਭਲਿਆਂ ਨੂੰ ਤਾਰ ਕੇ ਤੁਰ ਜਾਂਦਾ। ਉੜਾ ਤੇ ਬੋਰ, ਤੂੰ ਅੱਖ ਬੜੀ ਪਛਾਣਦਾ ਯਾਰ। ਸੱਚ ਗੱਲ ਸੁਣ,
ਜੇ ਤੈਨੂੰ ਤਵਾਰ ਨਹੀਂ ਆਉਂਦਾ ਤਾਂ ਮੇਰੀ ਹੱਟੀ ਤੇ ਆ ਕੇ ਦੇਖ ਲਈ, ਪਰ ਸੌਦਾ ਮੇਰੀ ਹੱਟੀ ਤੇ ਲੈਣਾ ਹੋਊਗਾ। ਹੁਣ ਅਸੀਂ ਉਹ ਤਰੀਕੇ ਛੱਡਤੇ, ਹੁਣ ਅਸੀਂ ਸਵਾਇਆ ਨਹੀਂ ਲਾਉਂਦੇ ਕੌਲਾ ਨਾ ਹੋਵੇ ਤਾਂ, ਹੁਣ ਅਸੀਂ ਸਿੱਧਾ ਹੀ ਡੂਡਾ ਲਾਉਣੇ ਆ, ਪਾਪ ਦੇ ਕੰਮ ਛੱਡ ਕੇ ਪੁੰਨ ਦੇ ਕੰਮ ਕਰ ਲਾਂਗੇ। ਉਡਾਈ ਦੇ ਅੰਬੂ, ਤੂੰ ਥੋੜਾ ਚਿਰ ਇੱਥੇ ਖੜ ਤੇ ਮੈਂ ਮਾੜਾ ਜਿਹਾ ਪੁੰਨ ਦਾ ਕੰਮ ਕਰਿਆ ਵਾ, ਫਿਰ ਆਪਾਂ ਗੱਲਾਂ ਕਰਾਂਗੇ, ਪਿੰਡ ਦੀਆਂ ਗੱਲਾਂ, ਕੁੜੀਆਂ ਕੱਤਰੀਆਂ ਦੀਆਂ ਗੱਲਾਂ, ਫਿਰ ਉਡਾਵਾਂਗੇ ਮੋਰ ਤੇ ਫਿਰ ਤੈਨੂੰ ਦਿਖਾਓ ਤਿਤਲੀਆਂ। ਪੱਕਾ ਠੇਠੜ ਹੈ, ਸੋਟੀ ਦੇ ਸਾਰੇ ਮਸਾਂ ਲੱਤਾਂ ਘੜੀਸ ਘੜੀਸ ਕੇ ਤੁਰਦਾ, ਕਬਰਾਂ ਦੀ ਤਿਆਰੀ ਹੈ ਤੇ ਕੁੜੀਆਂ ਕੱਤਰੀਆਂ ਦੀਆਂ ਗੱਲਾਂ ਦਾ ਚਸਕਾ ਅਜੇ ਵੀ ਹੈ। ਡਰ ਫਿਟੇ ਮੂੰਹ ਤੇਰਾ ਅਪਰਾਧੀ ਧੂਨਾ ਨਿਵੇ ਸਾਡੀ ਕਿਸਮਤ ਰੱਬ ਦੀ ਬਾਣੀ ਕਿੱਥੇ ਅਪਰਾਧੀ ਧੂਨਾ ਪੈਰੀ ਪਹਿਨਾ ਤੁਹਾਡਾ ਭਗਤ ਆਇਆ ਗੁਰੂ ਜੀ। ਆ ਬਾਈ ਭਗਤਾ ਵੱਲ ਨਾ, ਸੋਰੀ ਸਵੇਰ ਦੀ ਲੱਗੀ ਸੀ, ਬਦਾਮ ਦਾਖਾਂ ਲੈਚੀਆਂ ਪਿਸਤਾ ਤੇ ਹੋਰ ਪਤਾ ਨੀ ਕੀ ਚੀਜ਼ਾਂ ਪਾਈਆਂ, ਫੇਰ ਦੁੱਧ ਨੂੰ ਕਾੜ ਕਾੜ ਕੇ ਖੋਆ ਬਣਾ ਤਾ, ਫੇਰ ਚੌਲ ਪਾ ਕੇ ਖੀਰ ਬਣਾ ਤੀ। ਲੈ ਦੱਸ, ਫੇਰ ਮੈਨੂੰ ਕਹਿੰਦੀ ਮੈਂ ਜਾਣਾ, ਮੈਂ ਕਿਹਾ ਮੈਂ ਜਾਣਾ, ਮੈਂ ਵੀ ਬਾਬਾ ਜੀ ਦੰਦੌਤ ਕਰਦਾ ਆਇਆ, ਮੈਂ ਤਾਂ ਸਾਰਿਆਂ ਨੂੰ ਹੋਕਾ ਦੇ ਕੇ ਕਹਿਣਾ ਸਾਡੇ ਪਿੰਡ ਦੇ ਭਾਗ ਚੰਗੇ ਹੈ ਜਿਹੜੇ ਬਾਬਾ ਜੀ ਦੇ ਠਹਿਰੇ ਹੋਏ ਹੈ। ਭਗਤਾ ਤੂੰ ਚਾਹੁੰਦਾ ਕੀ ਹੈ? ਜਮਾ ਕੋਈ ਹੁਕਮ ਨਹੀਂ, ਬਸ ਦਿਲ ਚ ਪ੍ਰੇਮ ਜਾ ਗਿਆ ਤਾਂ ਹੀ ਮੋਰ ਉਡਾ ਤੇ। ਪਾਣੀ ਦੀ ਬਾਰੀ ਤਾਂ ਹਲੇ ਪੰਜ ਦਿਨਾਂ ਨੂੰ ਹੈ। ਲਓ ਬਾਬਾ ਜੀ ਖੀਰ ਖਾ ਲੋ, ਲਓ ਛੱਕ ਲੋ। ਬਾਬੇ ਨੂੰ ਮਾਓ ਜਾ ਪਹਿਲੇ ਬਿਠਾਈ ਨੂੰ ਖੀਰ ਮਿਲ ਜਾਂਦੀ। ਵਾਹਿਗੁਰੂ, ਇਹ ਤੇਰੀ ਬਖਸ਼ਿਸ਼ਾਂ ਦਾ ਪ੍ਰਸ਼ਾਦ ਹੈ, ਪਰ ਧਰਮ ਕਰਨ ਵਾਲੇ ਦੀ ਨੀਅਤ ਅੱਛੀ ਨਹੀਂ। ਵਾਹਿਗੁਰੂ, ਇਸ ਪ੍ਰਸ਼ਾਦ ਨੂੰ ਪਵਿੱਤਰ ਕਰਨਾ, ਇਹ ਜਿਸ ਕਿਸੇ ਦੇ ਮੂੰਹ ਵਿੱਚ ਪਵੇ ਅੰਮ੍ਰਿਤ ਬਣ ਜਾਏ। ਸਤਨਾਮ ਸ੍ਰੀ ਵਾਹਿਗੁਰੂ। ਤੂੰ ਐ ਦੱਸ ਯਾਰ, ਵੀ ਇਹ ਨਰਕ ਚੰਗਾ ਹੁੰਦਾ ਹੈ ਕਿ ਸਵਰਗ ਚੰਗਾ ਹੁੰਦਾ ਹੈ? ਸੁਣਿਆ ਚੰਗਾ ਤਾਂ ਸਵਰਗ ਹੀ ਹੁੰਦਾ ਹੈ। ਸੁਆ ਚੰਗਾ ਸਵਰਗ ਉਹ ਪੈੜਿਆ ਜਿੱਥੇ ਨਸ਼ਾ ਪਾਣੀ ਨਾ ਹੋਵੇ, ਲੜਾਈ ਦੰਗਾ ਨਾ ਹੋਵੇ, ਉਹ ਜਗ੍ਹਾ ਭਲਾ ਕਾਹਦੀ ਚੰਗੀ? ਨਾਲੇ ਗੱਲ ਸੁਣ, ਮੈਨੂੰ ਰਾਤ ਨੂੰ ਸੁਪਨਾ ਆਇਆ ਜਿਵੇਂ ਆਪਾਂ ਦੋਵੇਂ ਨਰਕ ਚ ਪਹੁੰਚ ਗਏ ਹੁੰਦੇ ਆ। ਫੇਰ ਤਾਂ ਤਲੇ ਗਿਆ ਹੋਵਾਂਗੇ ਪਕੌੜਿਆਂ ਵਾਂਗੂ, ਨਿਕਲ ਗਿਆ ਹੋਣਗੀਆਂ ਚੀਕਾਂ ਝੰਡੀ ਪੱਟਾ। ਨਰਕਾਂ ਚ ਰੌਣਕਾਂ, ਲੋਕ ਨੱਚਣ ਟੱਪਣ ਕੁੱਦਣ, ਸ਼ਰਾਬਾਂ ਪੀਣ, ਜ਼ਮੀਨ ਤੇ ਡਿੱਗਣ, ਤੇ ਜਾਂ ਉਹਨਾਂ ਨੂੰ ਸ਼ਰਾਬ ਦੀਆਂ ਬੋਤਲਾਂ ਪਈ ਜਾਣ। ਤੇ ਮੈਂ ਸੋਚਿਆ ਭਾਈ ਇੱਥੇ ਤਾਂ ਵਿਕਰੀ ਬਹੁਤ ਹੈ, ਇੰਨੇ ਨੂੰ ਧਰਮਰਾਜ ਨੇ ਵਰਕਾ ਪਲਟ ਲਿਆ। ਓਏ ਮੈਂ ਧਰਮਰਾਜ ਤੋਂ ਤੈਨੂੰ ਪੁੰਨ ਦੇ ਵਿਆਜ ਵਿੱਚ ਮੰਗ ਲਿਆ, ਕਿਉਂ ਐ ਉਡਾਈ ਦੇ ਮੋਰ? ਉਹ ਇੱਕ ਕੁੱਤੀ ਮਰੇ ਫਕੀਰ ਦੀ, ਤੇ ਜਿਹੜੀ ਟੌਂ ਟੌਂ ਨਿੱਤ ਕਰੇ, ਤੇ ਪੰਜ ਸੱਤ ਮਰਨ ਗਵਾਂਡਣਾ, ਤੇ ਬਾਕੀਆਂ ਨੂੰ ਤਾਪ ਚੜੇ। ਸਤਨਾਮ ਸ੍ਰੀ ਵਾਹਿਗੁਰੂ। ਲੈ ਭਗਤਾ ਤੈਨੂੰ ਖੀਰ ਦੇ ਗੱਫੇ ਲੈ। ਓਏ ਜਦੋਂ ਵਾਹਿਗੁਰੂ ਨੇ ਅਨੇਕਾਂ ਪ੍ਰਕਾਰ ਦੇ ਪਦਾਰਥਾਂ ਦੀਆਂ ਮਿਹਰਾਂ ਕੀਤੀਆਂ ਹੋਣ, ਫਿਰ ਅੱਗ ਤੇ ਫੂਸ ਨੂੰ ਕਿਉਂ ਖਾਈਏ ਤੇ ਕਿਉਂ ਪੀਵੀਏ? ਬਾਬਿਓ ਇਹ ਤਾਂ ਕਲੋੜੀ ਦੇਖ ਕੇ ਗਿਆ ਲੱਗਦਾ, ਮੈਂ ਉਹਦੇ ਲਾਚੀਆਂ ਦੀ ਖੁਸ਼ਬੂ ਦੂਰ ਤੋਂ ਪਹਿਚਾਣ ਲੈਂਦਾ। ਸਵਾਦ ਆ ਗਿਆ ਬਾਬਾ ਜੀ, ਅੰਦਰ ਗਏ ਅੱਖਾਂ ਹੀ ਖੁੱਲ ਗਈਆਂ। ਹੋਰ ਸੁਣਾ ਭਗਤਾ, ਕਿਸੇ ਕੰਮ ਆਇਆ ਸੀ? ਬਾਬਿਓ ਆਇਆ ਤਾਂ ਮੈਂ ਕੰਮ ਸੀ, ਪਰ ਉਹ ਕੰਮ ਮੈਂ ਹੁਣ ਦੱਸਣਾ ਨੀ, ਹੁਣ ਮੈਨੂੰ ਆਗਿਆ ਦਿਓ। ਨਾਲੇ ਸੁਣ, ਪੈੜੀ ਸੰਗਤ ਚ ਕਦੀ ਨਹੀਂ ਬੈਠੀਦਾ ਤੇ ਦੂਜੇ ਦਾ ਬੁਰਾ ਵੀ ਕਦੀ ਨਹੀਂ ਚਿਤਵੀਦਾ, ਬੁਰਾ ਚਿਤਵਿਆਂ ਨਰਕ ਮਿਲਦਾ ਹੈ, ਦੰਡ ਮਿਲਦਾ ਹੈ। ਅੱਛਾ ਦਾਦਾ ਜੀ। ਬਾਬਾ ਜੀ ਤੁਸੀਂ ਇਹਨੂੰ ਕਿੱਥੇ ਖੀਰ ਖਾਣ ਕੇ ਜਾ ਲਿਆ? ਇਹ ਤਾਂ ਸਾਰਾ ਦਿਨ ਇੱਥੇ ਬੈਠਾ ਰਿਹਾ ਕਰੂ। ਕੋਈ ਵੱਡਾ ਛੋਟਾ ਨਹੀਂ, ਸਭੇ ਸਾਂਝੀ ਵਾਰ ਸਦਾਇਨ
ਕੋਈ ਨਾ ਦਿਸੇ ਬਾਹਰਾ ਜੀਓ। ਨਾਲੇ ਕਲਗੀਧਰ ਪਾਤਸ਼ਾਹ ਨੇ ਕਿਹਾ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ। ਭੁੱਲਦਾ ਮਾਫਾ ਸਿੰਘ ਬਖਸ਼ੋ ਬਖਸ਼ ਸ਼ੁਕਰਗੁਜ਼ਾਰ ਹੈ। ਮੇਰੇ ਬੱਚੇ ਤੁਹਾਡੀ ਸੰਗਤ ਵਿੱਚ ਰਹਿ ਕੇ ਨਾਸਤਿਕ ਤੋਂ ਆਸਤਿਕ ਬਣ ਗਏ ਨੇ। ਬੱਚੇ ਤਾਂ ਜੀ ਕੋਰਾ ਕੱਪੜਾ ਹੁੰਦੇ ਨੇ, ਜਿਸ ਨੂੰ ਜੋ ਮਰਜ਼ੀ ਆ ਰੰਗ ਦੇ ਲਵੋ। ਪਰ ਮੈਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਤੁਹਾਡੇ ਘਰ ਵਿੱਚ ਤੁਹਾਡੇ ਕਾਰਨ ਸਿੱਖੀ ਦਾ ਬੀਜ ਪਲ ਰਿਹਾ। ਹਾਂਜੀ, ਪਰ ਸਰਦਾਰ ਜੀ ਤਾਂ ਕੁਝ ਦੂਜੇ ਹੀ ਖਿਆਲ ਆਉਂਦੇ ਨੇ। ਖੈਰ, ਤੁਸੀਂ ਕੱਲ ਫਤਿਹਗੜ੍ਹ ਸਾਹਿਬ ਜਾ ਰਹੇ ਹੋ ਨਾ? ਹਾਂਜੀ, ਤੇ ਅੱਗੇ ਮੈਂ ਹੇਮਕੁੰਡ ਸਾਹਿਬ ਜਾਵਾਂਗਾ। ਮੰਮੀ ਜਾ ਸਕਦੀ? ਸਤਨਾਮ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਕਿਉਂ ਬਾਬਾ ਜੀ, ਤਬੀਅਤ ਖਰਾਬ ਹੈ? ਉਹ ਤਬੀਅਤ ਤਾਂ ਠੀਕ ਹੈ, ਪਰ ਉਮਰ ਠੀਕ ਨਹੀਂ। ਮੈਂ ਤਾਂ ਹੁਣ 90 ਨੂੰ ਪਹੁੰਚਿਆ ਖੜਾ। ਫੇਰ ਬਾਬਾ ਜੀ, ਘਰੇ ਆਰਾਮ ਕਰਨਾ ਚਾਹੀਦਾ ਸੀ ਜਾਂ ਕਿਸੇ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਸੀ? ਹੇਮਕੁੰਡ ਸਾਹਿਬ ਤਾਂ ਬਹੁਤ ਦੂਰ ਹੈ, ਤੁਸੀਂ ਪਹੁੰਚ ਨਹੀਂ ਸਕੋਗੇ। ਉਹ ਤੂੰ ਸਿੰਘ ਹੋ ਕੇ ਭੁੱਲ ਗਿਆ, ਖਾਲਸੇ ਦੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਮੈਂ ਅਰਦਾਸ ਕਰਕੇ ਚੱਲਿਆ, ਮੈਂ ਹੇਮਕੁੰਡ ਸਾਹਿਬ ਜ਼ਰੂਰ ਜਾਊਂਗਾ। ਮੈਨੂੰ ਕਲਗੀਆਂ ਵਾਲਾ ਸਾਹਿਬ ਖੁਦ ਪਹੁੰਚਾਊਗਾ। ਤੂੰ ਜਾ। ਮਾਮਾ ਚਲੋ ਘੁੰਮ ਫਿਰ ਕੇ ਆਈਏ। ਕਿੱਥੇ ਜਾਣਾ ਚਾਹੁੰਦੀ ਹੈ? ਚਲੋ ਉਸ ਤੋਂ ਬਾਅਦ ਚੱਲਦੇ ਹਾਂ। ਠੀਕ ਹੈ, ਮੈਂ ਤੈਨੂੰ ਨਵਾਂ ਖਰੀਦਿਆ ਹੋਇਆ ਘੋੜਾ ਵੀ ਵਿਖਾਵਾਂਗੀ। ਦੁਸ਼ਮਣ ਬਿੱਲੇ ਨਾਲ ਬੈਠ ਕੇ ਸ਼ਰਾਬ ਪੀਂਦਾ ਤੇ ਤੁਹਾਡੇ ਭੇਤ ਉਹਨੂੰ ਜਾ ਕੇ ਦੱਸਦਾ। ਤੂੰ ਆਪਣੀ ਅੱਖਾਂ ਨਾਲ ਉਹਨੂੰ ਬਿੱਲੇ ਦੇ ਕੋਲ ਵੇਖਿਆ? ਹਾਂ ਸਰਦਾਰ ਜੀ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ।
ਰਾਜੋ ਫੱਫੇ ਕੁੱਟਣ ਆ ਰਹੀ ਹੈ, ਤੁਹਾਡਾ ਦਿਲ ਹੈ ਨਰਮ, ਉਹਦੇ ਤਰਸ ਮਤ ਕਰਨਾ ਤੇ ਅੱਜ ਕੁਝ ਫੈਸਲਾ ਕਰਕੇ ਹੀ ਜਾਣਾ। ਤੂੰ ਫਿਕਰ ਨਾ ਕਰ। ਸਤਿ ਸ੍ਰੀ ਅਕਾਲ ਸਾਹਿਬ ਜੀ। ਸਤਿ ਸ੍ਰੀ ਅਕਾਲ ਬੁੱਢੀਏ, ਆਪਣੇ ਪੁੱਤ ਦੀ ਕਰਤੂਤ ਸੁਣ ਲਈਏ। ਕੀ ਗੱਲ ਹੋਈ ਸਾਹਿਬ ਜੀ, ਮੈਂ ਤਾਂ ਖਬਰ ਸੁਣ ਕੇ ਕੰਮ ਹੀ ਗਈ ਸੀ। ਉਸਦੇ ਕੋਲ ਫਿਰ ਕੋਈ ਗਲਤੀ ਹੋਈ ਹੈ? ਉਹਨੇ ਕੱਲ ਫਿਰ ਸਰਸੋਂ ਦੀ ਚੋਰੀ ਕੀਤੀ ਹੈ। ਉਹ ਸਾਡੇ ਦੁਸ਼ਮਣਾਂ ਨਾਲ ਬੈਠ ਕੇ ਸ਼ਰਾਬ ਪੀਂਦਾ, ਉਹਨਾਂ ਨੂੰ ਸਾਡੇ ਭੇਦ ਦੱਸਦਾ। ਮੈਂ ਤੇਰੇ ਕਹਿਣ ਤੋਂ ਉਹਨੂੰ ਕਈ ਵਾਰ ਮਾਫ਼ ਕਰ ਚੁੱਕਿਆ, ਹੁਣ ਮੈਂ ਉਹਨੂੰ ਮਾਫ਼ ਨਹੀਂ ਕਰਾਂਗਾ। ਕੱਲ ਤੋਂ ਸਾਡੇ ਖੇਤਾਂ 'ਚ ਨਹੀਂ ਵੜੇ। ਮਾਈ ਬਾਪ, ਅਸੀਂ ਗਰੀਬ ਕਿੱਥੇ ਜਾਵਾਂਗੇ? ਜੇ ਇਹਦੇ ਕੋਲ ਕੋਈ ਗਲਤੀ ਹੋਈ ਤੇ ਮੈਂ ਤੁਹਾਡੇ ਕੋਲ ਭੇਜ ਦੇਣੀ, ਜੋ ਚਾਹੋ ਸਜ਼ਾ ਦੇ ਲੈਣਾ। ਠੀਕ ਹੈ, ਉਹਨੂੰ ਭੇਜ ਦੇਣਾ। ਮੈਂ ਤੈਨੂੰ ਕੁੱਟਾਂ ਤੋਂ ਪੜਵਾ ਦਿਆਂਗਾ, ਤੂੰ ਆਪਣਾ ਆਪ ਨੂੰ ਸਮਝਣਾ ਸੀ। ਸਰਦਾਰ ਜੀ, ਮੈਂ ਚੋਰੀ ਨਹੀਂ ਕੀਤੀ, ਤੁਹਾਨੂੰ ਕਿਸੇ ਗੱਲ ਦੱਸਿਆ। ਬਕਵਾਸ ਕਰਾਂ, ਇੱਕ ਚੋਰੀ ਦੂਜੇ ਚਟਾਈ, ਜੇ ਮੁੜ ਮੇਰੇ ਖੇਤਾਂ 'ਚ ਵੜਿਆ ਤਾਂ ਗੋਲੀ ਮਾਰ ਜਾਂਗਾ ਤੁਹਾਡਾ ਫੌਜਾ। ਸਰਦਾਰ ਜੀ, ਬਦਲਾ ਨਾ ਲਿਆ ਤੇ ਪਿਓ ਤਾਂ ਨਾ ਜਾਣੀ ਹੋ। ਕੀ ਪੀ ਪੜ੍ਹਨੀ ਹੈ? ਮਾਮਾ ਸਰ ਦਾ ਲੈਟਰ। ਬਕਵਾਸ ਮਤ ਕਰ ਬੁੜੀਏ, ਇਹ ਕੱਲ ਤੇ ਮੈਂ ਖੇਤਾਂ 'ਚ ਪੜਿਆ ਤੇ ਮੈਂ ਤੂੰ ਗੋਲੀ ਮਰਵਾ ਦਿਆਂਗਾ। ਕੱਲ ਤੋਂ ਮੇਰਾ ਘਰ ਵੀ ਖਾਲੀ ਕਰ ਦਿਓ, ਨਹੀਂ ਤੂੰ ਉਹਨੂੰ ਵੀ ਅੱਗ ਲਾ ਦਿਆਂਗਾ। ਨਾਲ ਲੈ ਕੇ ਆਈ ਸਾ ਕਿ ਮੈਂ ਤੇਰੀ ਹੁੰਦੀ ਦੇਸੀ ਆਪਣੀ ਅੱਖਾਂ ਨਾਲ ਵੇਖਾਂ। ਹੁਣ ਅਸੀਂ ਕੀ ਕਰਾਂਗੇ, ਕਿੱਥੇ ਜਾਵਾਂਗੇ? ਨਾ ਮਾਂ ਨਾ, ਤੂੰ ਨਾ ਕਬਦਾ, ਮੈਂ ਮਿਹਨਤ ਕਰ ਲਾਂਗਾ, ਮੈਂ ਟਾਂਗਾ ਵਾਵਾਂਗਾ। ਓਏ ਸਰਦਾਰਾ, ਜੇ ਮੈਂ ਆਪਣੀ ਮਾਂ ਦੀ ਹੋਈ ਹੋਈ ਬੇਇੱਜ਼ਤੀ ਦਾ ਬਦਲਾ ਨਾ ਦਿਆ ਤੇ ਮੈਂ ਵੀ ਪਿਓ ਦਾ ਪੁੱਤਰ ਨਹੀਂ ਹੋ। ਖੁਸ਼ੀ ਰੱਬ ਤੁਹਾਨੂੰ ਨੇਕੀ ਦੇਵੇ। ਮੈਂ ਕਹਿਣਾ ਜੀ, ਅੱਜ ਕੱਲ ਦੇ ਮੁੰਡੇ ਤੇ ਕੁੜੀਆਂ ਛੁਰੀਆਂ ਨੇ ਛੁਰੀਆਂ, ਪਰ ਕੀ ਕੀਤਾ ਜਾਏ, ਜਵਾਨਾ ਕੰਬਲ ਬੜੀ ਤੇਜ਼ੀ ਦਾ ਆ ਗਿਆ ਹੈ। ਅਸੀਂ ਠਹਿਰੇ ਪੁਰਾਣੇ ਜ਼ਮਾਨੇ ਵਾਲੇ, 10 ਮੀਲ ਫੀ ਘੰਟਾ ਜਾਂ 12 ਚੱਲਣ ਵਾਲੇ। ਭਲਾ ਸੋਚੋ ਤੇ ਸਹੀ, ਅਸੀਂ ਨਾ ਬਿਨਾਂ ਪੰਖ ਉੱਡਣ ਵਾਲੇ ਪੰਖੀਆਂ ਨਾਲ ਕਿਸ ਤਰ੍ਹਾਂ ਕੁੱਲ ਮਿਲ ਸਕਦੇ ਹਾਂ? ਸਾਡਾ ਜ਼ਮਾਨਾ ਬੜਾ ਚੰਗਾ ਸੀ ਦਵਾਨ ਸਾਹਿਬ। ਐ ਜੀ, ਚੰਗਾ ਵੀ ਸੀ ਤੇ ਮੰਦਾ ਵੀ ਸੀ ਤੇ ਕਿਸਮਤ ਦੀ ਪੂਰੀਆਂ ਖੁੱਲੀਆਂ ਸਨ। ਅਸੀਂ ਪੂਜਾ ਕਰਨੇ ਸਾਂ ਹਫ਼ਤਿਆਂ ਤੱਕ। ਕਹਿ ਰੱਬਾ, ਇਹ ਸੁਣ ਜੀ, ਨਹੀਂ ਇਸ ਸਾਹਮਣੇ ਸਾਹਮਣੇ ਬੈਠ ਕੇ ਥੋੜੀ ਵੇਖ ਸਕਦੇ ਸਾਂ? ਲੈ ਕਾਕਾ ਮੋਈ ਦਾ ਗਾੜੀ।
ਸੁਣੋ ਜੀ, ਅਸੀਂ ਤੁਹਾਨੂੰ ਆਪਣੀ ਹੜ ਬੀਤੀ ਸੁਣਾਉਂਦੇ ਹਾਂ। ਅਸੀਂ ਜਵਾਨੀ ਵੇਲੇ ਬੁਰੇ ਛੈਲ ਗੱਭਰੂ ਸਾਂ, ਤੇ ਸੱਤ ਗਜ਼ ਦੀ ਸਲਵਾਰ ਪਾਉਂਦੇ ਸਾਂ, ਤੇ ਗਲੀ ਮੁੱਲੇ ਚੁਣਾ ਛਾਤੀ ਚੌੜੀ ਕਰਕੇ ਤੁਰਨੇ ਸਾਂ। ਮੈਂ ਕਹਿੰਦਾ ਜਵਾਨੀ ਸੀ ਕਿ ਕੈਰ ਸੀ ਇਹਨੇ? ਸਾਡੇ ਵਿਆਹ ਦੀ ਗੱਲਬਾਤ ਚੱਲੀ, ਅਸੀਂ ਭਾਈ ਜੀ ਨੂੰ ਕਿਹਾ ਭਾਈ ਜੀ ਪਹਿਲੇ ਅਸੀਂ ਕੁੜੀ ਵੇਖਾਂਗੇ ਤੇ ਫੇਰ ਵਿਆਹ ਕਰਾਂਗੇ। ਭਾਈ ਜੀ ਕਹਿਣ ਲੱਗੇ, ਕੀ ਕਹਿਣ ਲੱਗੇ? ਇਹ ਕਹਿਣ ਲੱਗੇ, ਓਏ ਸੌਰੀ ਵਿਆਹ ਜਾਣੂ ਹੱਥ ਚੁੱਕੀ ਹੋ, ਪਰ ਅਸੀਂ 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 ਆਪ ਘੜੀ ਗਏ, ਆਪ ਘੜੀ ਗਏ। ਸਾਡੇ ਭਾਈ ਜੀ ਕਹਿੰਦਾ ਬੋਲੇ ਕਿ ਮਨਾਉਣ ਮਨਾਉਣ ਮਨਾਉਣ, ਪਰ ਅਸੀਂ ਕਿੱਥੇ ਮੰਨਣ ਵਾਲੇ ਸਾਂ। ਸਾਡੇ ਭਾਈ ਜੀ ਕਹਿੰਦਾ ਉਹ ਸਿਮੇ ਤਾਰੇ ਵਾਲੀ ਕੋਠੋ ਵਾਲੀ ਜੁੱਤੀ ਪਾਉਂਦੇ ਸਨ ਜੀ, ਤੇ ਉਹਨਾਂ ਨੇ ਜੁੱਤੀ ਕੱਢ ਲਈ, ਜੁੱਤੀ ਕੱਢ ਕੇ ਉਹ ਸੇਵਾ ਕੀਤੀ, ਉਹ ਸੇਵਾ ਕੀਤੀ ਸਾਡੀ, ਤੇ ਸ਼ਾਇਦ ਕੋਈ ਪਿਓ ਆਪਣੇ ਪੁੱਤਰ ਦੀ ਨਹੀਂ ਕਰ ਸਕਦਾ। ਜਮਾਤੇ ਪੜ ਰਹੀ ਹੈ ਜੀ? ਬੀ ਏ। ਅੱਛਾ, ਅੱਗੇ ਵੀ ਪੜ ਰਹੀ ਹੈ ਜੀ? ਉਹ ਖੁਸ਼ ਕੀਤਾ ਜੀ। ਅੱਛਾ ਪੁੱਤਰ ਜੀ, ਤੁਸੀਂ ਕੀ ਕਰ ਰਹੇ ਹੋ? ਸੀਨੀਅਰ ਕੈਮਰੇ। ਸੀਨੀਅਰ ਕੈਮਰੇ? ਓਏ ਬੱਲੇ ਓ ਬੱਲੇ, ਖੁਸ਼ ਕੀਤਾ ਹੈ। ਮੈਂ ਤਾਂ ਕਹਿੰਦਾ ਇਹਨੂੰ ਤੁਸੀਂ IAS ਵਾਸਤੇ ਭੇਜੋ, ਸਾਡੇ ਸਰਦਾਰ ਸਾਹਿਬ ਦੀ ਬੜੀ ਪਹੁੰਚ ਏ, ਇੱਕਦਮ DC ਬਣਾ ਦੇਣਗੇ। ਪਰ ਸਰਦਾਰ ਹੋਰਾਂ ਨੂੰ ਅੱਜ ਥੋੜਾ ਜਿਹਾ ਵਕਤ ਕੱਢ ਕੇ ਆਉਣਾ ਚਾਹੀਦਾ ਸੀ। ਖੁਸ਼ ਕੀਤਾ ਜੀ, ਤਾਂ ਤਾਂ ਪਤਾ ਹੈ ਉਹਨਾਂ ਦੀ ਇੱਕ ਟੰਗ ਦਿੱਲੀ, ਦੂਜੀ ਚੰਡੀਗੜ੍ਹ, ਤੇ ਤੀਜੀ ਬੰਬਈ, ਤੇ ਚੌਥੀ ਕਲਕੱਤੇ। ਪਰ ਮਾਰੀ ਕਿਸਮਤ ਨੂੰ ਟੰਗਾਂ ਹੋਈਆਂ ਦੋ। ਲੱਗਦਾ ਹੈ ਸਰਦਾਰ ਸਾਹਿਬ ਨੂੰ ਰੱਬ ਦੇ ਕੋਲੋਂ 6-8 ਟੰਗਾਂ ਮੰਗ ਕੇ ਲਿਆਣੇ ਚਾਹੀਦੇ ਸਨ। ਚਿੱਠੀ ਜ਼ਰੂਰ ਲਿਖੀ ਹੋਣੀ, ਪਰ ਲੱਗਦਾ ਮਨਜ਼ੂਰ ਨਹੀਂ ਹੋਈ ਹੋਣੀ। ਕੁਝ ਕੀਤਾ ਜੀ, ਦੇਖੋ ਜੀ ਮੈਂ ਬੜਾ ਹੈਰਾਨ ਹਾਂ ਕਿ ਸਰਦਾਰ ਸਾਹਿਬ ਇੰਨਾ ਕੰਮ ਕਿਸ ਤਰ੍ਹਾਂ ਕਰਦੇ ਨੇ। ਉਹਨਾਂ ਦੇ ਫਾਰਮ ਤੇ ਕੰਮ ਕਰਦੇ ਕਰਦੇ ਮੇਰਾ ਤੇ ਲੱਕ ਵਿੰਗਾ ਹੋ ਗਿਆ। ਰਾਤੀ ਮੂੰਹ ਦੇ ਮੂੰਹ ਪੈ ਰਹਿਣਾ ਤੇ ਹੋਸ਼ ਹੀ ਕੋਈ ਨੀ ਹੁੰਦਾ। ਇੱਕ ਟੰਗ ਬੰਜੀ ਤੇ ਇੱਕ ਟੰਗ ਹੁੰਦੀ ਧਰਤੀ ਤੇ। ਇਹ ਦੇਖੋ ਪੁਰਾਣੀ ਖੁਰਾਕਾਂ ਖਾਧੀ ਹੋਏ ਤੇ ਹੁਣ ਤੱਕ ਚੱਲ ਫਿਰ ਰਹੇ ਹਾਂ। ਕਿਉਂ ਕਾਕਾ ਜੀ, ਦਿਲ ਤੇ ਖੁਸ਼ ਹੈ ਨਾ ਜੀ? ਬਾਬੂ ਜੀ ਉਹ ਬੱਲੇ ਬੱਲੇ ਖੁਸ਼ ਕੀਤਾ ਜੀ। ਹਾਂ ਇਹ ਪਾਗਾਂ ਵਾਲੀ ਧੀਆਂ ਹੁੰਦੀਆਂ ਨਾ, ਬੜੀ ਸ਼ਰਮੀਲੀਆਂ ਹੁੰਦੀਆਂ। ਉਹ ਤਾਜ ਦੇ ਫਿਰ ਮੱਥੇ ਤੋਂ ਨਜ਼ਰ ਆ ਰਿਹਾ, ਕਿਉਂ ਨਾ ਹੋਵੇ ਸਰਦਾਰ ਬਹਾਦਰ ਸਿੰਘ ਦੀ ਧੀ ਰਾਏ ਬਹਾਦਰ ਹੋਣ ਵਾਲੀ ਨੂੰ। ਅੱਛਾ ਕਾਕਾ ਰਾਜਾ ਲਈਏ ਜੀ? ਅੱਛਾ ਸਰਦਾਰ ਹੋਏ ਤੁਹਾਨੂੰ ਆਪਣੇ ਆਪ ਲਿਖ ਦੇਣਗੇ, ਪਰ ਤੁਸੀਂ ਤਦ ਤੱਕ ਆਪਣੀ ਪੂਰੀਆਂ ਤਿਆਰੀਆਂ ਕਰ ਲਓ। ਠੀਕ ਹੈ। ਓਏ ਖੁਸ਼ ਕੀਤਾ ਏ ਮਦਾਨੀਆਂ, ਹਾਏ ਮੇਰੇ ਡਾਡਿਆ ਰੱਬਾ, ਕੀਨਾ ਜੰਮੀਆਂ ਕੀਨਾ ਲਹਿ ਜਾਣੀਆਂ। ਸਾਰੇ ਗਾਣ ਵਾਲੇ ਵੀ ਕਮਾਲ ਕਰਦੇ ਨੇ ਜੀ, ਦਿੱਲੀ ਗੱਲ ਕਰ ਛੱਡਦੇ ਨੇ ਪੂਰੀ। ਸ਼ਰਮਾ ਗਈ ਪੁੱਤਰ, ਮੈਂ ਤੇ ਅੱਜ ਬਹੁਤ ਖੁਸ਼ ਹਾਂ। ਵਾਹਿਗੁਰੂ ਨੇ ਤੇਰਾ ਇੰਨਾ ਵੱਡਾ ਪਾਕ ਕੀਤਾ, ਤੈਨੂੰ ਖੁਸ਼ੀ ਹੈ ਨਾ? ਕਿਉਂ ਮੂੰਹ ਕਿਵੇਂ ਬੋਲਦੀ, ਤੈਨੂੰ ਇਹ ਰਿਸ਼ਤਾ ਪਸੰਦ ਨਹੀਂ ਕੀ? ਬੋਲਣਾ ਨਹੀਂ ਮਾਮਾ, ਮੈਨੂੰ ਬਿਲਕੁਲ ਪਸੰਦ ਹੈ। ਕਿਉਂ, ਉਹਦੇ ਵਿੱਚ ਨੁਕਸ ਕੀ ਹੈ? ਮੁੰਡਾ ਸੋਹਣਾ ਹੈ, ਖਾਨਦਾਨ ਵੱਡਾ ਹੈ। ਦੱਸਦਾ ਮੈਂ ਤੇਰੀ ਮਾਂ ਹੈ, ਮਾਵਾਂ ਧੀਆਂ ਦਾ ਕੀ ਪਰਦਾ? ਮਾਮਾ ਮੈਂ ਤਾਂ ਗੁਰਸਿੱਖ ਨਾਲ ਵਿਆਹ ਕਰਾਂਗੀ। ਜੱਗੀ ਕੀ ਪਈ ਕਹਿੰਦੀ ਹੈ? ਮੇਰੀ ਲਾਡਲੀ ਧੀ, ਮੇਰੀ ਮੇਮਣੀ ਧੀ। ਕਦੇ ਕਦੇ ਖੋਟਾ ਪੈਸਾ ਵੀ ਕੰਮ ਆ ਜਾਂਦਾ, ਲੈ ਮਾਰ ਹੜਾ ਤੇ ਕੰਮ ਦੂਰ ਕਰ। ਸ਼ੇਰ ਦੇ ਗਮ ਤੇ ਉਦੋਂ ਹੀ ਦੂਰ ਹੋਏਗਾ
ਜਦੋਂ ਸਰਦਾਰ ਕੋਲੋਂ ਬਦਲਾ ਲੈ ਲਾਂਗਾ। ਲੈ ਲੱਖ ਰੁਪਏ ਦੀ ਗੱਲ ਕਹੀ ਆ, ਬਦਲਾ ਤੇ ਮਾਂ ਦੀ ਬੇਇੱਜ਼ਤੀ ਦਾ ਬਦਲਾ? ਮੈਂ ਤਾਂ ਸੁਣਿਆ ਹੈ ਜਿਹੜਾ ਮਾਂ ਦੀ ਬੇਇੱਜ਼ਤੀ ਦਾ ਬਦਲਾ ਨਹੀਂ ਲੈਂਦਾ ਉਹ ਸਿੱਧਾ ਨਰਕਾਂ ਜਾਂਦਾ ਨਰਕਾਂ ਚ। ਤੇ ਜੇ ਤੇਰੀ ਥਾਂ ਮੈਂ ਹੁੰਦਾ ਸਾਡੇ ਹੀ ਸਰਦਾਰ ਦੀਆਂ ਟੰਗਾਂ ਤੋੜ ਦਿੰਦਾ। ਭੌਂਕ ਨਹੀਂ ਹੋਏ, ਦੋ ਘੁੱਟ ਪੀ ਕੇ ਤੇ ਕੱਪਾ ਮਰਨ ਦਾ ਪੈਂਦਾ। ਅਸੀਂ ਸਰਦਾਰ ਦੀ 5 ਸਾਲ ਚੋਰੀ ਕੀਤੀ, ਉਹਦੇ ਜਾਨੀ ਦੁਸ਼ਮਣ ਦੇ ਨਾਲ ਜੁਰਾਨਾ ਰੱਖਿਆ ਤੇ ਸਾਡੇ ਉਹਨੇ ਕਿਹੜੀ ਟੰਗ ਤੋੜ ਲਈ ਹੈ? ਉਹ ਥੋੜੀ ਜਿੰਨੀ ਬੇਇੱਜ਼ਤੀ ਹੋਈ ਹੈ ਨਾ, ਮਿਲ ਕੀ ਹੋਇਆ? ਪਰ ਪੁੱਤਰ ਸਾਡਾ ਉਹਦਾ ਹੱਥ ਪਹਿਨਦੇ ਫਿਰ ਵੇਖੀ ਸਾਡਾ ਵਾਰ ਸਰਦਾਰ ਸਾਰੀ ਉਮਰ ਯਾਦ ਰੱਖੇਗਾ। ਪਰ ਪੁੱਤਰਾ, ਸਰਦਾਰ ਦੀ ਉੱਚੀ ਆਵਾਜ਼ ਸੁਣ ਕੇ ਤੇਰਾ ਤੇ ਪਿਸ਼ਾਬ ਨਿਕਲ ਜਾਂਦਾ ਹੈ। ਅਸੀਂ ਹੋਏ ਕਮਜ਼ੋਰ ਦਿਲ ਦੇ ਬੰਦੇ ਤੇ ਤੂੰ ਹੋਇਆ ਸ਼ੇਰ ਤੇ ਉਹ ਵੀ ਲੰਗੜਾ ਸ਼ੇਰ, ਤੇ ਲੰਗੜਾ ਸ਼ੇਰ ਬੜਾ ਖਤਰਨਾਕ ਹੁੰਦਾ ਹੈ। ਪੁੱਤ, ਹੁਣ ਲੰਗੜਾ ਸ਼ੇਰ ਕੁਝ ਕਰਕੇ ਵਿਖਾਏਗਾ। ਉਹ ਲੰਗੜਾ ਸ਼ੇਰ ਕੁਝ ਕਰੇ ਚਾਹੇ ਨਾ ਕਰੇ, ਝੰਡੀ ਫੱਟ ਨੇ ਆਪਣੀ ਝੰਡੀ ਕੱਢ ਦਿੱਤੀ ਹੈ ਤੇ ਇਹ ਝੰਡੀ ਹੁਣ ਕਿਸੇ ਗੱਲ ਨਾਲ ਹੀ ਫੁੱਟ ਹੋ। ਤੇ ਅਸੀਂ ਪੁੱਤ ਪੂਛ ਨੂੰ ਮਰੋੜੀ ਦੇ ਦਿੱਤੀ ਹੈ ਤੇ ਯਾਰ ਹੁਣ ਦੂਰ ਖੜੇ ਹੋ ਕੇ ਤਮਾਸ਼ਾ ਦੇਖਣ। ਸਤਿ ਸ੍ਰੀ ਅਕਾਲ ਸਰਦਾਰ ਬਹਾਦਰ। ਆਹ ਮਹਾਰਾਜ, ਅਸੀਂ ਬੜੇ ਖੁਸ਼ ਆ। ਲੈ 500 ਰੁਪਇਆ ਉਹ ਵੀ ਪੀ ਤੇ ਮੁੰਡਿਆਂ ਨੂੰ ਬੁਲਾ ਤੇ ਮਿਲ ਕੇ ਪੰਗਾ ਪਾ ਜਾ ਸਾਰੇ ਅੱਜ। ਹਰਿਓਮ। ਵਾਹ 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 ਵਾਹ। ਜੇ ਕਿਤੇ ਬਾਬਾ ਮੰਨ ਜੇ ਤਾਂ ਬਾਨੀ ਲਾ ਦਿਆਂ, ਅੱਗੇ ਮੈਂ ਘੁੱਟ ਨਾ ਜਾਣ ਦਿਆਂ, ਹਾਰਾ ਪਾਣੀ ਆਪਦੇ ਖੇਤਾਂ ਨੂੰ ਲੈ ਜਾ। ਓਏ ਫੁੱਟੀ ਕਿਸਮਤ, ਇਹ ਬਾਬਾ ਪਤਾ ਨੀ ਕਿਵੇਂ ਪਿੰਡ ਦਾ ਰਾਖਾ ਬਣ ਕੇ ਬਹਿ ਗਿਆ। ਜੇ ਕੋਈ ਪਿੰਡ ਦਾ ਹੋਰ ਬੰਦਾ ਹੁੰਦਾ ਤਾਂ ਖਵਾ ਪਿਆ ਕੇ ਠੀਕ ਕਰ ਲੈਂਦੇ। ਖਾਣ ਪੀਣ ਵਾਲਾ ਇਹ ਅਫਸਰ ਅੱਜ ਕੱਲ ਚੰਗਾ ਰਹਿੰਦਾ। ਚੱਲ ਕਰੋੜੀ ਮੱਲਾ, ਚੱਲ ਤੇ ਲੱਗ ਮੱਥੇ ਤੇ ਖੇਡ ਕੋਈ ਦਾ ਪੇਚ, ਜੇ ਪਤਾ ਗੱਲ ਬਣ ਜੇ ਤਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਬਈ ਭਗਤਾ, ਮੈਂ ਤੁਹਾਨੂੰ ਡੇਰੇ ਦੇਖ ਕੇ ਆਇਆ। ਜਿੰਨਾ ਚਿਰ ਤੁਹਾਡੇ ਦਰਸ਼ਨ ਨਾ ਕਰ ਲਵਾਂ ਮੈਨੂੰ ਤਾਂ ਰੋਟੀ ਸਵਾਦ ਨਹੀਂ ਲੱਗਦੀ। ਤੇ ਘਰ ਵਾਲੀ ਵੀ ਮੈਨੂੰ ਇਹੋ ਕਹਿੰਦੀ ਹੈ, ਉਹ ਤਾਂ ਤੁਹਾਡੇ ਪਿਆਰ ਦੀ ਭੁੱਖੀ ਹੈ, ਮੈਂ ਕੀ ਕਰਾਂ। ਤੇ ਹੋਰ ਕੋਈ ਸੇਵਾ ਦੱਸੋ ਮੇਰੇ ਲਾਇਕ, ਤੁਹਾਡੇ ਕਹੋ ਤਾਂ ਕੱਪੜੇ ਬਣਵਾ ਦੇਵਾਂ, ਹੁਣ ਤਾਂ ਗਰਮੀ ਆ ਗਈ। ਨਾ ਭਾਈ ਭਗਤਾ, ਇੰਨੀ ਖੇਚਲ ਕਿਉਂ ਕਰਨਾ? ਖੇਚਲ ਕਾਹਦੀ, ਤੁਸੀਂ ਮੈਨੂੰ ਖੇਚਲ ਦੱਸੋਗੇ ਤੇ ਮੈਂ ਤੁਹਾਨੂੰ ਖੇਚਲ ਦੱਸੂਗਾ। ਬਾਬਾ ਜੀ, ਮੈਂ ਕਿਹਾ ਮਾੜਾ ਜਿਹਾ ਪਾਣੀ ਹੋਰ ਲਵਾ ਦਿੰਦੇ, ਫਸਲ ਪੱਕਣ ਦੀ ਖੜੀ ਹੈ। ਨਾ ਭਗਤਾ, ਇਹ ਪਾਪ ਮੈਂ ਨਹੀਂ ਕਰ ਸਕਦਾ, ਦੂਜੇ ਦਾ ਹੱਕ ਨਹੀਂ ਦੇਣਾ। ਪਰ ਬਾਬਾ ਜੀ, ਮੇਰੀਆਂ ਤਰੀਆਂ ਘਸ ਗਈਆਂ ਤੁਹਾਡੇ ਕੋਲੇ ਚੱਕਰ ਮਾਰਦੇ ਮਾਰਦੇ ਦੀਆਂ। ਭਗਤਾ, ਕੁਝ ਹੋਰ ਸੇਵਾ ਦੱਸ ਨਾ, ਦੂਜੇ ਦਾ ਹੱਕ ਮੈਂ ਕਿਸ ਤਰ੍ਹਾਂ ਦੇ ਦਿਆਂ? ਜਾ। ਓਹੋ, ਇਹ ਬਾਬੇ ਤਾਂ ਮੇਰੇ ਉਡਾ ਤੇ ਮੋਰ, ਇਹਦੀਆਂ ਤੰਗਾਂ ਬੰਦੀਆਂ ਪੈਣਗੀਆਂ, ਇਹ ਨਹੀਂ ਹੈ ਮੈਂ ਠੀਕ ਆਉਂਦਾ। ਹਾਂ ਹਾਂ, ਥੱਲੇ ਕਿਵੇਂ ਫਸਲ ਪਈ ਆ, ਕੋਈ ਕਦੇ ਸਾਡੀ ਵੀ ਦੁਕਾਨ ਤੇ ਆ ਜਾ, ਤੇਰੇ ਵੀ ਉਡਾ ਦੀਏ ਤੋਤੇ ਮਾਰਿਆ ਕੁੱਕੜ। ਆ ਵੀ ਸਾਲੀ ਦਾ ਪੁੱਤਾ। ਸਾਲੀ ਦਾ ਪੁੱਤਾ ਉਹ ਲਾਲਾ, ਉਹ ਤੂੰ ਕਹਿ ਲਿਆ ਮੁਕਸਰ, ਤੇ ਇਹਦੇ ਨਾਨਕੇ ਨੇ ਵਿਰਕੀ, ਉਹ ਯਾਰ ਤੇਰੀ ਸਾਲੀ ਦਾ ਪੁੱਤ ਕਿਵੇਂ ਲੱਗਾ? ਉਹ ਲੰਗੜਿਆ, ਤੂੰ ਨੀ ਸਮਝਦਾ, ਰੋੜੀ ਮਲ ਬੜੇ ਦੂਰ ਦੀ ਗੱਲ ਸੋਚਦਾ। ਇਹਦੇ ਨਾਨਕਿਆਂ ਦੇ ਪਿੰਡ ਨੂੰ ਮੇਰੇ ਸਹੁਰਿਆਂ ਦੀ ਨਹਿਰ ਦਾ ਪਾਣੀ ਜਾਂਦਾ,
ਦੱਸ ਦੇ ਮਾਂ ਮੇਰੀ ਸਾਈ ਲੱਗੀ ਕਿ ਨਾ ਲੱਗੀ ਐ ਉਡਾਈ ਦੇ ਮੋਰ ਚੱਲੋ ਝੰਡੀ ਪੱਟਾ ਆਪਾਂ ਜ਼ਰਾ ਸਿਆਸਤ ਦੀ ਗੱਲ ਕਰੀਏ ਹਾਂ ਸਿਆਸਤ ਦੀ ਗੱਲ ਕਰੀਏ ਉਹ ਤੁਸੀਂ ਕੋਈ ਮਾੜੀ ਗੱਲ ਕਰਨੀ ਹੈ ਤੇ ਪੁੱਤ ਮੈਨੂੰ ਸਭ ਪਤਾ ਲੱਗ ਜਾਣਾ ਉਹ ਵਿਆਜ ਨੇ ਖਾਧੀ ਕੜੀ ਉਹ ਚੰਡੀ ਪੱਤਾ ਮੈਂ ਤਾਂ ਤੈਨੂੰ ਖੀਰ ਖੋਆ ਤੇਕੜਾ ਖਵਾ ਖਵਾ ਕੇ ਥੱਕ ਗਿਆ ਪਰ ਮੈਨੂੰ ਲੱਗਦਾ ਉਹ ਨੇ ਮੈਨੂੰ ਹੱਥ ਫੜਾਉਂਦਾ ਉਹ ਐ ਤਾਂ ਮੇਰੇ ਮੋਰ ਉੱਡ ਜਾਣਗੇ ਫਿਰ ਕੀ ਕਰੀਏ ਪਹਿਲਾਂ ਐ ਦੱਸ ਤੂੰ ਸਾਡਾ ਪੱਕਾ ਯਾਰ ਹੈ ਨਾ ਜੇ ਨਸ਼ਾ ਪਾਣੀ ਦਿੰਦਾ ਰੇਤਾ ਓਏ ਤੂੰ ਬਾਬੇ ਦੇ ਘਰ ਨੂੰ ਅੱਗ ਲਾ ਦੇ ਅੱਬਲ ਤਾਂ ਬਾਬਾ ਪਿੱਛੇ ਸੜ ਜੂਗਾ ਨਹੀਂ ਡਰਦਾ ਮਾਰਾ ਪਿੰਡ ਛੱਡ ਕੇ ਭੱਜ ਜੂਗਾ ਅਸੀਂ ਹੱਦ ਤੇ ਬਹੁਤ ਕਮਾਵਦੇ ਹੰਸ ਨਾ ਬੁਰਾ ਚੁੱਕਿਆ ਨਰਕ ਮਿਲਦਾ ਹੈ ਦੰਡ ਮਿਲਦਾ ਹੈ ਬੁਰਾ ਜਿਤਨਿਆ ਨਰਕ ਮਿਲਦਾ ਦੰਡ ਮਿਲਦਾ ਨਰਕ ਮਿਲਦਾ ਦੰਡ ਮਿਲਦਾ ਨਰਕ ਮਿਲਦਾ ਦੰਡ ਮਿਲਦਾ ਹਾਲੇ ਮੋਰ ਨੀ ਉਡਾਏ ਹੁਣ ਤੱਕ ਤਾਂ ਪਾਮੜ ਨੇ ਸਮਾਨ ਨੂੰ ਛੁੜਾ ਸੀ ਸਿੱਖਾਂ ਦੀ ਡੱਬੀ ਹੈ ਨੀ ਸੀ ਲੈ ਮੈਂ ਦੇਵਾਂ ਲੈ ਤੋ ਕਰੋੜੀਆ ਸ਼ਹਿਰੋਂ ਆਇਆ ਐ ਤੋਂ ਤਾਂ ਜਿਹੜੇ ਨਸ਼ਾ ਦਿੱਤਾ ਹੋਵੇ ਕੀ ਹੋਇਆ ਓਏ ਹੋਣਾ ਕੀ ਸੀ ਸਾਡੇ ਤਾਂ ਮੋਹਰ ਉੱਡ ਗਏ ਸਰਕਾਰ ਨੇ ਉਡਾ ਤੇ ਤੋਤੇ ਦੇ ਪਾ ਤੇ ਮੋਸੇ ਉਹ ਕਿਵੇਂ ਓਏ ਜੇ ਪੜਿਆ ਹੁੰਦਾ ਤਾਂ ਪੜ ਲੈਂਦਾ ਗਰੀਬਾਂ ਦੇ ਕਰਜੇ ਮਾਫ ਸਾਡੇ ਤਾਂ ਤੋਤੇ ਉੱਡ ਗਏ ਪਾਣੀ 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 ਲਈ ਪਾਣੀ ਤਾਂ ਮੈਂ ਕਰੋੜੀਆ ਲੈ ਲੈਣਾ ਤੇ ਮੇਰੇ 50 ਰੁਪਏ ਮਾਫ ਕਰ ਦੇ ਓਏ 13 ਰੁਪਏ ਮਾਫ ਹੀ ਸਮਝ ਪਾਣੀ ਤਾਂ ਲੈ ਗਿਆ ਅੱਛਾ ਪਾਣੀ ਲਿਆ ਓਏ ਹੋਏ ਹੋਏ ਛੇਤੀ ਲਿਆ ਪਾਣੀ ਪਾਣੀ ਕਿਹੜਾ ਸਵਾਦ ਲੱਗਦਾ ਵੈਸੇ ਇੰਦਰਾ ਬੀਬੀ ਨੇ ਵੀ ਰਾਤ ਏ ਮੋਰ ਜਿਹੜੇ ਵੱਡੇ ਵੱਡੇ ਨਾਡੂ ਖਾਦੇ ਫਾਟੇ ਖਾਂ ਇੱਧਰਲਾ ਮਾਰ ਉੱਧਰ ਕਰਦੇ ਸੀ ਤੇ ਉੱਧਰਲਾ ਮਾਰ ਇੱਧਰ ਕਰਦੇ ਸੀ ਸਾਰੇ ਫੜ ਕੇ ਜੇਲਾ ਹੀ ਸੁਣਦੇ ਹਾਏ ਹਾਏ ਮੈਂ ਕਿਹੜਾ ਘੱਟ ਕੀਤੀ ਹੈ ਗਰੀਬ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਜ਼ੇ ਦੇ ਕੇ ਤੇ ਬਈਆਂ ਵਿੱਚ ਬਿੰਦੀਆਂ ਤੇ ਸਿਫਰਾਂ ਵਧਾ ਵਧਾ ਕੇ ਮਾਇਆ ਇਕੱਠੀ ਕੀਤੀ ਸੀ ਉਹ ਸਾਰੀ ਦੀ ਸਾਰੀ ਪੱਟੇ ਖਾਤੇ ਪੈ ਗਈ ਆਯੋ ਰੱਬਾ ਮੈਂ ਕੀ ਕਰਾਂ ਮੇਰੇ ਤਾਂ ਉੱਡ ਗਏ ਮੋਰ ਮੈਂ ਕਿਹੜੇ ਖੂਚ ਡਿੱਗਾ ਬਿੰਦੀਆਂ ਤੇ ਸਿਫਰਾਂ ਲਾ ਲਾ ਕੇ ਉਹ ਕਿਵੇਂ ਪਹਿਲਾਂ ਤੂੰ ਆਪ ਦੀ ਗੱਲ ਹੀ ਸੁਣ ਲਾ ਤੈਨੂੰ ਮੈਂ ਦਿੱਤੇ ਸੀ 3 ਰੁਪਏ ਤੇ ਲਿਖ ਤੇ ਮੈਂ 13 ਰੁਪਏ ਅੱਜ ਤੱਕ ਤੇ ਤੂੰ 23 ਰੁਪਏ ਲੈ ਚੁੱਕਿਆ ਤੇ 13 ਦੇ 13 ਤੇਰੇ ਨਾਂ ਤੇ ਖੜੇ ਹੈ ਤੇ ਜੇ ਸਰਕਾਰ ਦਾ ਡਰ ਨਾ ਹੁੰਦਾ ਮੈਂ ਬਿੰਦੀ ਹੋਰ ਲਾਦੇ ਸੀ
ਪਰ ਸ਼ਾਬਾਸ਼ ਇੰਦਰਾ ਬੀਬੀ ਜੀ ਦੇ, ਜਿਹਨੇ ਸਾਡੇ ਵਰਗੇ ਭੱਦਰ ਪੁਰਸ਼ਾਂ ਦੇ ਵਾਲ ਕੱਢਤੇ। ਅਸੀਂ ਕਿਹਦੇ ਕਾਬੂ ਆਉਣ ਲੱਗੇ ਸੀ? ਫਿਰ ਤਾਂ ਸਾਡੇ ਵਰਗਿਆਂ ਨੂੰ ਰੱਜ ਕੇ ਰੋਟੀ ਮਿਲੇਗੀ। ਜ਼ਰੂਰ ਮਿਲੂਗੀ, ਤੁਹਾਡੇ ਵਰਗੇ ਗਰੀਬ ਆਦਮੀਆਂ ਵਾਸਤੇ ਤਾਂ ਸਰਕਾਰ ਨੇ ਸਾਰਾ ਕੁਝ ਕੀਤਾ। ਹੁਣ ਤਾਂ ਅਸੀਂ ਵੀ ਆਪਦਾ ਕਾਂਟਾ ਬਦਲਾਂਗੇ, ਸੱਚ ਬੋਲਾਂਗੇ, ਅਸੀਂ ਤੋਲਾਂਗੇ ਤੇ ਸੁੱਖ ਦੀ ਨੀਂਦ ਸੌਵਾਂਗੇ। ਤੇ ਭੈੜੀ ਭੈੜੀ ਕੁੜੀਆਂ ਦੀ ਸੰਗਤ ਵਿਚ ਨਾ ਬੈਠੀ, ਵਾਹਿਗੁਰੂ ਨੂੰ ਨਾ ਭੁੱਲੀ ਤੇ ਰੋਜ਼ ਪਾਠ ਕਰੀ। ਹਾਂ ਮੰਮਾ, ਕੀ ਹੋਇਆ? ਮੈਂ ਤਾਂ ਭੁੱਲ ਗਈ ਸੀ। ਕੀ? ਆਈ ਐਮ ਜਸਟ ਕਮਿੰਗ। ਕੀ ਭੁਲਾਈ ਸੀ? ਸ਼ਾਬਾਸ਼ ਪੁੱਤਰ, ਗੁਰੂ ਸਾਹਿਬ ਦੀ ਤਸਵੀਰ ਲਾ ਕੇ ਰੱਖੀ। ਮੰਮਾ ਡੈਡੀ ਕੋਲ ਡਰ ਲੱਗਦਾ, ਉਹਨਾਂ ਕੋਲੋਂ ਨਾ ਡਰਿਆ ਕਰ, ਉਹਨਾਂ ਦੀ ਆਦਤ ਇਹ ਜਿਹੀ। ਅੱਛਾ ਪੁੱਤਰ, ਜਲਦੀ ਰਹਿ। ਮੈਂ ਕਿਹਾ ਜੀ, ਤੁਸੀਂ ਕੁੜੀ ਨੂੰ ਅੰਦਰ ਪੜਨ ਵਾਸਤੇ ਭੇਜਿਆ ਹੈ? ਹਾਂ ਜੀ, ਮੈਂ ਕੁੜੀ ਨੂੰ ਇੱਥੇ ਪੜਨ ਲਈ ਭੇਜਿਆ ਹੈ, ਕੋਈ ਤੁਹਾਡੇ ਨਾਲ ਕੁਸ਼ਤੀ ਕਰਨ ਲਈ ਨਹੀਂ ਭੇਜਿਆ। ਕੀ ਕਿਹਾ? ਮੈਂ ਕੋਈ ਦਾਰਾ ਸਿੰਘ ਆ ਤੇ ਇਹ ਕਾਲਜ ਹੈ ਕਾਲਜ, ਇੱਥੇ ਪਹਿਲਵਾਨਾਂ ਦਾ ਅਖਾੜਾ ਨਹੀਂ ਹੈ, ਸਮਝੇ? ਹਾਂ ਜੀ, ਸਮਝ ਗਿਆ। ਕੀ ਨਾਮ ਹੈ ਤੁਹਾਡਾ? ਜੀ ਮੇਰਾ ਨਾਮ ਤੇ ਸੁੰਦਰ ਹੈ, ਇਹ ਤੁਹਾਡਾ ਨਾਮ ਵੀ ਮੈਨੂੰ ਪਤਾ ਹੈ। ਪਤਾ ਹੈ? ਕੀ ਨਾਮ ਹੈ ਦੱਸੋ? ਜੀ ਤੁਹਾਡਾ ਨਾਮ ਟੁੰਟੁੰ ਜੀ ਹੈ। ਹਾਏ, ਸ਼ਟ ਅਪ, ਮੇਰਾ ਗਲਤ ਨਾਮ ਤੁਹਾਨੂੰ ਕਿਸਨੇ ਦੱਸਿਆ ਹੈ? ਮੈਨੂੰ ਮਾਲੂਮ ਹੈ, ਇਹ ਸ਼ਰਾਰਤ ਸਾਰੀ ਸ਼ਰਾਰਤਨ ਲੜਕੀ ਦੀ ਹੈ। ਸ਼ਰਾਰਤਨ ਨਾ ਹੋਵੇ ਤੇ ਇਹਨੂੰ ਕੁਛ ਨਹੀਂ ਆਂਦਾ, ਇਹਦੀ ਥਾਂ ਤੇ ਕੁੱਕੜ ਨਹੀਂ ਆਂਦਾ। ਏਡੀ ਬੜੀ ਹੋ ਗਈ, ਇਹਦੇ ਕੋਲ ਇਹ ਪਤਾ ਲਗਾਓ, ਚੰਦ ਬੇਟੀ ਤੇ ਚਾਂਦੀ ਬਾਪ, ਮੈਨੂੰ ਰੋਂਦੀ ਪਈਆਂ ਤੇ ਬਾਪ ਉਹਦਾ ਵੀ ਬਾਪ ਨਿਕਲਾ। ਕਮਾਲ ਹੈ, ਲੱਡੂ ਮੋਤੀ ਚੂਰ ਦੇ, ਲੱਡੂ ਮੋਤੀ ਚੂਰ ਦੇ। ਕੁੜੀ ਨੇ ਲਿਖਿਆ, ਜੀ ਸਾਡੀ ਵਾਰਡਨ ਭੈਣ ਜੀ ਨੂੰ ਪਨੀਰੀ ਖਾਣ ਦਾ ਸ਼ੌਕ ਹੈ ਤੇ ਮੈਂ ਅਸਲੀ ਦੇਸੀ ਘਿਓ ਦੀ ਪਨੀਰੀ ਬਣਾ ਕੇ ਲਿਆਇਆ। ਐ ਲਓ ਜੀ, ਪਨੀਰੀ ਖਾਓ ਤੇ ਸਿਹਤਾਂ ਬਣਾਓ। ਮੈਂ ਕਿਹਾ ਜੀ, ਕੁਛ ਦੁਬਲੇ ਜੇ ਮਾਲੂਮ ਹੋ ਰਹੇ ਹੋ, ਫੈਟਿੰਗ ਕਰ ਰਹੇ ਹੋ। ਆਓ ਜੀ, ਹੁਣ ਤੇ 400 ਪਾਉਂਡ ਵਿੱਚ 100 ਘੱਟ ਹੋ ਗਿਆ ਹੈ, ਮਗਰ ਫੇਰ ਵੀ ਇਹ ਸ਼ਰਾਰਤੀ ਕੁੜੀਆਂ ਮੈਨੂੰ ਟੁੰਟੂ ਨੂੰ ਕਹਿੰਦੀ ਹੈ ਇਹਨਾਂ ਦਾ ਭਲਾ ਹੋਵੇ। ਚੋਣੀ ਕੁੜੀਏ, ਹਾਂਜੀ ਤੁਹਾਨੂੰ ਨੀ ਜੀ, ਮੈਂ ਕੁੜੀ ਨੂੰ ਪੁੱਛ ਰਿਹਾ। ਖਬਰਦਾਰ, ਜੇ ਹੁਣ ਟੁੰਟੂ ਨੂੰ ਕਿਹਾ ਦੇ ਦੇਗੀ ਨਹੀਂ, ਪੀਲੇ ਵਰਗੀ ਸੁੱਕੀ ਜਾ ਰਹੀ ਹੈ। ਜਾ, ਤੁਹਾਨੂੰ ਮਾਫ਼ ਕਰਾਤਾ, ਹੁਣ ਕੋਈ ਸ਼ਰਾਰਤ ਨਾ ਕਰੀ, ਜਾ ਜਾ ਕੇ ਪੜ੍ਹ। ਅੱਛਾ ਪਾਪਾ ਜੀ। ਮੈਂ ਕਿਹਾ ਜੀ, ਹੁਣ ਸਾਨੂੰ ਕੁਸ਼ਤੀ ਕਦ ਦਿਖਾ ਰਹੀ ਹੋ? ਕੁਸ਼ਤੀ? ਮੈਂ ਕੋਈ ਪਹਿਲਵਾਨ ਆ? ਉਹ ਜੀ ਪਿਛਲੇ ਵਾਰੇ ਤੁਸੀਂ ਉਹ ਭੈਣ ਜੀ ਨਾਲ ਕੁਸ਼ਤੀ ਕੀਤੀ ਸੀ ਨਾ, ਉਹ ਹੁਣ ਯਾਦ ਆਇਆ ਮੈਨੂੰ, ਮੈਂ ਹੀ ਦਿੱਤੀ ਸੀ ਨੰਬਰ ਫਸਟ ਕਲਾਸ ਆਈ ਸੀ। ਉਹ ਜੀ ਤੁਸੀਂ ਤੇ ਕਿੰਗ ਕਾਂਗ ਨੂੰ ਪਛਾੜ ਸਕਦੇ ਹੋ। ਮੈਂ ਕਿਹਾ ਜੀ, ਮੈਨੂੰ ਤੁਸੀਂ ਹਾਥੀ ਦਸਤ ਦਿੰਦੇ ਹੋ। ਕਿਹਾ ਜੀ? ਮੇਰਾ ਮਤਲਬ ਹੈ ਬੜੇ ਪਤਲੇ ਹੋ ਰਹੇ ਹੋ, ਵਿਆਹ ਕਰਾਉਣ ਦਾ ਖਿਆਲ ਹੈ? ਹਾਂਜੀ, ਘਰ ਵਾਲੇ ਅੱਜ ਕੱਲ ਮੈਨੂੰ ਬੜਾ ਹੀ ਪਰੇਸ਼ਾਨ ਕਰਦੇ, ਪਿੱਛੇ ਹੀ ਪੈ ਗਏ। ਫਿਰ ਮੈਂ ਕਿਹਾ ਕਿ ਅੱਗੇ ਵਿਆਹ ਕਰਨਾ ਕਿ ਪਿੱਛੇ ਵਿਆਹ ਕਰਨਾ, ਹੁਣੇ ਕਰ ਡਾਲੀਏ ਕਾਹਦੇ ਵਾਸਤੇ ਲੈ ਗਏ? ਬਿਲਕੁਲ ਬਿਲਕੁਲ, ਵਿਆਹ ਹੋਣਾ ਹੀ ਚਾਹੀਦਾ ਹੈ, ਫਿਰ ਤੁਹਾਡੀ ਵਿਆਹ ਕਰਾਉਣ ਦੀ ਉਮਰ ਵੀ ਤੇ ਹੈਗੀ ਏ। ਅੱਛਾ ਜੀ, ਮੈਨੂੰ ਆ ਗਿਆ ਦਿਓ। ਨਮਸਤੇ ਜੀ। ਨਮਸਤੇ। ਸਾਡਾ ਭਾਂਡਾ ਸਾਨੂੰ ਵਾਪਸ ਕਰ ਦੇਣਾ। ਹਾਂਜੀ ਹਲਾ ਜੀ, ਮੈਂ ਚੱਲਣਾ। ਚਲੋ ਨਾ ਬਾਹਰ ਚਲੀਏ, ਲੋਨੀ ਪੈ ਕੇ ਗੱਪਾਂ ਮਾਰਾਂਗੇ। ਇਹ ਗੱਪਾਂ ਮਾਰਨ ਦਾ ਵੇਲਾ ਨਹੀਂ, ਇਹ ਸਾਡਾ ਜਾਪ ਕਰਨ ਦਾ ਵੇਲਾ ਹੈ। ਨਾਓ ਪਲੀਜ਼ ਗੈਟ ਆਊਟ ਫਰਮ ਹੇਅਰ ਐਂਡ ਲੀਵ ਮੀ ਅਲੋਨ। ਅਸੀਂ ਤਾਂ ਨਹੀਂ ਜਾਵਾਂਗੇ। ਕਿਉਂ ਨਹੀਂ ਜਾਓਗੀ? ਅਸੀਂ ਇੱਥੇ ਹੀ ਬੈਠਾਂਗੇ। ਹਮ, ਪਰਵਾਹ
भी छड़ दे, जा जा मोती चूर दे लड्डू खा, मेरा सर ना खानी। पेरेंट्स भी अजीब ने, कार आने वास्ते लिख देंदे ने, दसो तुसी बच्चों दा अचार पाना है कार विच। अरे इन्हां नूं पढ़न दियो, उपरो लिखा है इकली नूं भेज दियो। किस तरह भेज दियो? मैं कोई निकी जी बच्ची नहीं, ये तू मैनू उल्लू बना के तुर जाएंगी। अच्छा एक गल सुन, सच्ची सच्ची दस मैनू, ये चिट्ठी तेरे डैडी ने लिखी है? जी मैडम, तुसी सिग्नेचर मिला के देख लो ना। फर्ज कर, जे मैं तेनू अकेली नूं अकेले भेज दिता, ते तू रास्ते विच इधर विधर वेखेगी, जरा मैनू बर्दाश्त नहीं। नहीं मैडम, मैं बिल्कुल इधर उधर नहीं देखांगी, मैं बिल्कुल अखां बंद करके जावांगी। इम्पॉसिबल, मैनू यकीन नहीं आंदा, मैं सारी जिंदगी विच इधर उधर नहीं वेख्या, पर मैथों भी परसों इधर विधर वेखा गया, ते तू किवें हट जाएगी? तू तो वेखन ते ही महा शरारतन लगदी है। कुड़िए तू मैनू तंग ना कर, तेनू रब दा वास्ता। नहीं मैडम, मैं शरारतां करनी बिल्कुल छड़ दित्ती ने। फिर एक बारी बोल। मैं शरारतां करनी छड़ दित्ती ने। छड़ दित्ती है? तेरा नाम की है? जगजीत कौर। ओए कुड़ी, जड़ी कुड़ियों नाल गा रही थी है, अज ते जुजार वाली कुल गई। चुम चुम रख कुड़ियो। वाह वाह वाह, सबके जावा, तू जा पुत्र जा, तेरे ते मैनू पूरा भरोसा है, लेकिन याद रखी ओनु जरा संभाल के रखी। हां ओके मैडम, थैंक यू। मैं सबके जावा। हाय रब्बा। ਤੇ ਮੋਰ ਓਏ, ਤੂੰ ਤਾਂ ਜੈਲਦਾਰ ਦੀ ਕੁੜੀ ਲੱਗਦੀ ਹੈ, ਸੁੱਖ ਨਾਲ ਬੜੀ ਲਿਖ ਰਹੀ ਹੈ, ਗੰਚ ਦੀ ਗੋਲੀ ਵਰਗੀ ਲੱਗਦੀ ਹੈ। ਲੈ ਦੱਸ, ਬੁਰੇ ਲਾਉਣ ਤਾਂ ਕਿਹੜਾ ਦੇਰ ਲੱਗਦੀ ਹੈ, ਹਲੇ ਕੱਲ ਦੀ ਗੱਲ ਹੈ, ਤੈਨੂੰ ਗੁੱਤ ਕਰਨੀ ਨੀ ਆਉਂਦੀ ਤੇ ਅੱਜ ਤੂੰ ਮੈਂ ਬਣੀ ਖੜੀ ਹੈ। ਹਲੇ ਤਾਂ ਮੈਨੂੰ ਪੂਰਾ ਦਿਸਦਾ ਨੀ, ਜੇ ਲੇਖੇ ਨਾਲ ਦੇਖਿਆ ਜਾਵੇ ਤਾਂ ਪੂਰੇ ਪੰਜਾਬ ਤੇ ਪਹੁੰਚਿਆ ਖੜਾ, ਨਜ਼ਰ ਆਉਂਦੇ ਤਾਂ ਤੋਤੇ ਉੱਡੇ ਪਏ ਹੈ, ਕਿਤੇ ਨਜ਼ਰ ਨਾ ਲੱਗ ਜੇ। ਬੜੀ ਸੋਹਣੀ ਮੁਟਿਆਰ ਨਿਕਲੀ ਹੈ, ਤੇ ਕਿਸੇ ਚੰਗੇ ਅਫਸਰ ਨਾਲ ਵਿਆਹ ਕਰਾਈ, ਠੀਕੜਾ ਛੋਟੇ ਕਰਦੀ ਹੈ। ਹਲੇ ਆਈ ਨੀ ਜੀਪ, ਹੱਥ ਹੋ ਗਈ ਯਾਰ, ਪਤਾ ਨੀ ਕੀ ਗੱਲ ਹੋਈ, ਹਜੇ ਤੱਕ ਨੀ ਪਹੁੰਚੀ। ਫਿਰ ਮੈਂ ਚੱਲਾਂ, ਮੈਂ ਘਰੇ ਛੱਡਦਾ ਵਾਂ, ਪਰ ਮੈਂ ਸਹੁਰੀ ਜਾਣਾ ਸੀ, ਸਾਨੂੰ ਦੇਖ ਪੂਰੇ ਹੋ ਗਏ, ਕਿਵੇਂ ਸਹੁਰੀ ਜਾਣ ਦਾ ਚਾਹ ਚੜਿਆ ਹੈ। ਉੜਾਹ ਤੇ ਮੋਰ ਭੁੱਲਾ, ਗੱਡੀ ਚੀਕਾਂ ਮਾਰੀ ਜਾਂਦੀ ਹੈ ਕੁੜੀਏ, ਉਹ ਆਪਣੇ ਪਿੰਡ ਦਾ ਤਾਂਗਾ ਖੜਾ, ਜਾਇਦਾਰਾਂ ਦੀ ਕੁੜੀ ਨੂੰ ਲੈ ਜਾ। ਤੈਨੂੰ ਪਤਾ ਨੀ ਮੈਂ ਕਿੱਥੇ ਸੀ? ਜੈਲਦਾਰ ਸੀ, ਉਸਦੇ ਕੋਲ ਮੈਂ ਬਦਲਾ ਲੈਣਾ। ਤੇਰੀ ਡੈਡੀ ਤੇਰਾ ਖਾਨਦਾਨ ਤਬਾਹ ਕਰ ਦੇਣਗੇ, ਦੇਖ ਅੱਗੇ ਦਾ ਬਾਤ। ਨਾਲ ਖੇਡਣਾ ਹੀ ਤੇ ਸ਼ੇਰ ਦਾ ਕੰਮ ਹੈ। ਨਹੀਂ ਕਿਉਂ ਨਹੀਂ,
ਅਜੇ ਤੱਕ ਆਈ ਨੀ? ਇੱਥੇ ਤਾਂ ਨਹੀਂ ਆਈ, ਜਾ ਉਹਨੂੰ ਜਲਦੀ ਲੱਭ। ਪਤਾ ਨੀ ਕਿੱਥੇ ਚਲੀ ਗਈ। ਵਾਹਿਗੁਰੂ, ਮੇਰੀ ਧੀ ਦੀ ਸੱਜੀ ਰਾਖੀ ਰੱਖਣਾ। ਇਹ ਪਤਾ ਕੀਤਾ ਕਿ ਉਹ ਕਿਹਦੇ ਟਾਂਗੇ ਤੇ ਚੜੀ? ਡੈਡੀ, ਕੋਈ ਸ਼ੇਰੇ ਨਾਂ ਦਾ ਬੰਦਾ ਸੀ। ਉਸ ਹਰਾਮਜ਼ਾਦੇ ਦਾ ਤਾਂ ਕੋਈ ਘਰ ਕਾਟ ਹੀ ਨਹੀਂ, ਸਾਰੇ ਖੇਤਾਂ ਨੂੰ ਅੱਗ ਲਾ ਦੋ। ਸੱਚੇ ਪਾਤਸ਼ਾਹ, ਇਸ ਮਾਸੂਮ ਬੱਚੀ ਦੀ ਰੱਖਿਆ ਕਰਨਾ, ਰੱਖਿਆ ਕਰਨਾ ਇਸ ਬੱਚੀ ਦੀ। 14,000, 15,000, 15,000 ਇੱਕ, 15,000 ਦੋ। ਬਾਂਦਰਾ ਬੁਦਰਾ, 25,000, 25,000 ਸੱਚੇ। ਓਏ ਲੰਗੜਿਆ, ਐਵੇਂ ਟੁੱਟੇ ਛਿੱਤਰ ਵਾਂਗਰ ਵਧੀ ਨਾ ਜਾ, ਕੋਈ ਠੀਕ ਪਾ ਦੀ ਗੱਲ ਕਰ। ਕਿਉਂ ਮਿਲੀਓ ਆਵਾ ਚੇੜੇ ਵਾਂਗਰ ਟੁੰਮੋ ਸੀ ਨਾ ਜਾਣਾ। ਠੀਕ ਹੈ, ਠੀਕ ਹੈ। ਮੇਰੇ ਡੈਡੀ ਤੁਹਾਡਾ ਖਾਨਦਾਨ ਤਬਾਹ ਕਰ ਦੇਣਗੇ ਕੁੱਤਿਓ। ਹੁਣ ਤੇਰੇ ਬਾਪ ਦੇ ਬਾਪ ਦਾ ਬਾਪ ਵੀ ਨਹੀਂ ਪਹੁੰਚ ਸਕਦਾ। ਤੁਹਾਡਾ ਪਾਗਲਾ ਕੁੱਤਿਆ। ਓਏ ਵਾਲਿਆ ਨਗਰ ਸਾਹਿਬ ਨਗਰ ਆਜ ਦੀ ਰਾਵਾ। ਅਸੀਂ ਦਿਨ ਚੜ੍ਹਨ ਤੋਂ ਪਹਿਲਾਂ ਪਹੁੰਚ ਰਹੇ ਹਾਂ, ਫਿਕਰ ਨਾ ਕਰੀ। ਕਿਉਂ ਬਾਈ? ਠੀਕ ਹੈ, ਆਓ ਫਿਰ ਮੇਰੇ ਨਾਲ ਚਲੋ। ਸਵੇਰੇ ਤੱਕ ਪਹੁੰਚ ਰਹੇ ਹਾਂ, ਫਿਕਰ ਨਾ ਕਰੀ। ਓਏ ਸ਼ੇਰਿਆ, ਓਏ ਲੰਗੜਿਆ, ਇੱਧਰ ਆ, ਯਾਰਾਂ ਦੀ ਥਾਪੀ ਲੈ ਲਾ। ਤੇਰੇ ਵਰਗੇ ਸੂਰਮੇ ਮਾਵਾਂ ਨੇ ਘਰ ਘਰ ਨਹੀਂ ਜੰਮਣੇ। ਓਏ ਤੂੰ ਸਾਡੇ ਦੁਸ਼ਮਣ ਦੀ ਧੀ ਚੱਕ ਕੇ ਲਿਆਇਆ, ਆ ਤੈਨੂੰ ਦਾਰੂ ਨਾਲ ਲਵਾ ਦਈਏ। ਚੱਲ ਮੁੰਡਿਆ। ਓ ਵੇਲਿਆ, ਅਸੀਂ ਦਾਰੂ ਨਾਲ ਦੇ ਅੱਗੇ ਨਾ ਹੱਥਦੇ ਹਾਂ, ਤੂੰ ਆਪਣੀ ਗੱਲ ਕਰ, ਵੀ ਲੈਣਾ ਹੈ। ਚੱਲ ਕਿਰਾ ਪੁਰਜ਼ਾ ਦੇਖੀਏ ਪੁੱਤਰਾ, ਲੱਗਦਾ ਚੌਦਵੀਂ ਦਾ ਚੰਦ ਹੋਣੀ ਹੈ ਚੰਦ। ਉਹ ਕਿੱਥੋਂ ਵਧੀ ਜਾਣਾ,
ਪੁੱਤਰਾ ਚੌਦਵੀਂ ਦਾ ਚੰਨ ਵੇਖਣ ਲਈ ਨੋਟ ਚਾਹੀਦੇ ਨੇ ਨੋਟ। ਕਿਉਂ ਟਿਚੜਾ ਕਰਦਾ ਯਾਰ, ਤੇਰੇ ਮਾਰ ਕਦੀ ਥਾਪੀ ਤੈਨੂੰ ਦੇਤੀ ਹੈ, ਹੋਰ ਤੇਰੇ ਨਾਲ ਜ਼ਹੀਰ ਲਵਾ ਦਿਆ। ਵੋਟਾਂ ਚਾਹੀਦਾ ਨੋਟ ਚਾਹੀਦੇ ਨੇ ਨੀਲੇ ਨੀਲੇ। ਸਾਰਾ ਨੋਟਾਂ ਦਾ ਦੋਹਾੜੇ ਸ਼ਰਾਬ ਦੇ ਮੂੰਹ ਚ ਪਾ, ਤਾਂ ਭੌਂਕ ਤਾਂ ਹੱਡੀ ਮੂੰਹ ਚ ਦੇ ਦੇਦੀ ਹੁੰਦੀ ਹੈ। ਮੈਂ ਭੌਂਕ ਨਹੀਂ ਬੋਲਿਆ, ਮੁੱਛਾਂ ਤਾਂ ਦੇਣ ਦੀ ਬਜਾਏ ਨੋਟ ਕਰ ਨੋਟ। ਓਏ ਹੁਣੇ ਨਾ ਤੈਨੂੰ ਕਿਤੇ ਬੈਂਕ ਦੀ ਚਾਬੀ ਦੇ ਦਿਆਂ, ਟੁੱਟੇ ਛਿੱਤਰ ਨੂੰ ਵਧੇ ਜਾਂਦਾ ਹੱਟ ਪਾਸੇ। ਕਿਉਂ ਮਾਤ ਨੂੰ ਵਾਜਾ ਮਰਦਾ ਫਿਰਦਾ ਲੰਗੜਿਆ, ਇਸ ਜੰਗਲ ਚ ਤੇਰੀ ਕਿਸੇ ਚੀਖ ਨੀ ਸੁਣਨੀ, ਟੋਟੇ ਟੋਟੇ ਕਰਕੇ ਜੰਗਲ ਛੁੱਟ ਦੂੰਗਾ। ਸਰਪੰਚ ਲੰਡੀ ਪੁੱਛੀ ਕੋਲੋਂ ਤੇ ਜੁੱਤੀਆਂ ਖਾਂਦਾ ਫਿਰਨਾ। ਚਲੋ ਸੁਤਰਾ ਸ਼ੁਰੂ ਹੋ ਜਾ, ਬਦਲ ਮੈਨੂੰ ਲੈ। ਪਤਾ ਲੱਗੂ ਟੀਚਰ। ਯਾਦ ਰੱਖੀ ਮੇਰਾ ਪੈਸਾ, ਮੇਰੀ ਦੌਲਤ, ਮੇਰੀ ਤਾਕਤ ਮੇਰੇ ਕਿਸੇ ਵੀ ਕੰਮ ਨਾ ਆਈ। ਮੈਂ ਆਪਣੀ ਧੀ ਦੀ ਰਾਖੀ ਵੀ ਨਾ ਕਰ ਸਕਿਆ। ਜੱਗੀ ਕਿੱਥੇ ਤੂੰ?
ये बाबा जी मैंने इस गुंडे ने इतने बंद करके रखे हुआ तेनू बंद कर रखे वाहेगुरु जी पूछा मैंने इन्हू बंद कर रखे पर ऐ तू की कर रही सी वाहेगुरु जी पूछ नहीं हो के तू आत्महत्या कर रही सी बाबा जी की कर दी मैं कर रही नहीं 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 जिसके अंग संग वाहेगुरु हो वो कला कैसे हो सकता ਇਹਦਾ ਮਤਲਬ ਹੈ ਤੂੰ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਤੂੰ ਉਸ ਨੂੰ ਯਾਦ ਨਹੀਂ ਕੀਤਾ ਜਿਸਦੀ ਉੜਦੀ ਚਿੜੀਆਂ ਨੇ ਬਾਜਾਂ ਨੂੰ ਡਾ ਲਿਆ ਸੀ ਬਾਬਾ ਜੀ ਮੈਂ ਛੂ ਕੀਤਾ ਸੀ ਮੈਂ ਕੁਛ ਨਹੀਂ ਤੂੰ ਰੋ ਕਿਉਂ ਰਹੀ ਹੈ ਸ਼ੇਰ ਦੀਆਂ ਕਦੇ ਨਹੀਂ ਰੋਂਦੀਆਂ ਤੂੰ ਗੁਰੂ ਮਹਾਰਾਜ ਨੂੰ ਯਾਦ ਕਰ ਉਹ ਅੰਗ ਸੰਗ ਸਾਈ ਹੋਣਗੇ ਉਹਨਾਂ ਦੇ ਬਖਸ਼ੇ ਹੋਏ ਸ਼ਸਤਰ ਨੂੰ ਯਾਦ ਕਰ ਬੋਲ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦੇ ਬਖਸ਼ੇ ਹੋਏ ਸ਼ਸਤਰ ਨੂੰ ਯਾਦ ਕਰ ਉਹਨਾਂ ਦੇ ਬਖਸ਼ੇ ਹੋਏ ਸ਼ਸਤਰ ਨੂੰ ਯਾਦ ਕਰ ਯਾਦ ਕਰ ਮੈਨੂੰ ਬਚਾਏਗਾ ਜੱਗੀ ਮੇਰੀ ਭੈਣ ਮੈਂ ਇਸ ਕੁੱਤੇ ਨੂੰ ਗੋਲੀ ਮਾਰ ਦਿਆਂਗਾ ਨਹੀਂ ਵੀਰ ਜਿਹੜਾ ਪਹਿਲਾਂ ਹੀ ਮਰ ਚੁੱਕਿਆ ਉਸ ਨੂੰ ਹੋਰ ਕੀ ਮਾਰਨਾ ਇਸ ਕੁੱਤੇ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਚੁੱਕੀ ਹੈ ਜੱਗੀ ਮੇਰੀ ਬੱਚੀ ਕੌਣ ਸੀ ਉਹ ਮੈਂ ਉਹਦਾ ਖਾਨਦਾਨ ਤਬਾਹ ਕਰ ਦਿਆਂਗਾ ਨਹੀਂ ਡੈਡੀ ਉਸਨੂੰ ਉਸਦੇ ਕਿਤੇ ਦੀ ਸਜ਼ਾ ਮਿਲ ਚੁੱਕੀ ਹੈ ਉਹ ਕਿਸ ਤਰ੍ਹਾਂ ਮੈਂ ਭਟਕਿਆ ਸਾਂ ਦਾਤਾ ਮੈਨੂੰ ਸੱਚਾਈ ਦੀ ਸੋਝੀ ਮਿਲ ਗਈ ਪਰ ਅੱਜ ਮੈਨੂੰ ਪਤਾ ਲੱਗਿਆ ਕਿ ਪੰਜ ਕਕਾਰਾਂ ਦੀ ਮਹਾਨਤਾ ਕੀ ਹੁੰਦੀ ਹੈ ਮੈਂ ਸਾਰੀ ਜ਼ਿੰਦਗੀ ਭਟਕਦਾ ਹੀ ਰਿਹਾ ਬਾਬਾ ਜੀ ਸ਼ਰਾਬ ਸ਼ਿਕਾਰ ਧਨ ਦੌਲਤ ਤੇ ਤਾਕਤ ਦੇ ਨਸ਼ੇ 'ਚ ਮੈਂ ਭੁੱਲ ਗਿਆ ਕਿ ਇਹਨਾਂ ਚੀਜ਼ਾਂ ਦੀ ਸਾਡੀ ਜ਼ਿੰਦਗੀ 'ਚ ਬਹੁਤ ਅਹਿਮੀਅਤ ਹੈ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਹੈ ਕਿ ਤੁਹਾਨੂੰ ਸੋਝੀ ਆ ਗਈ ਬਾਬਾ ਜੀ ਮੈਂ ਤੁਹਾਡਾ ਬੜਾ ਅਹਿਸਾਨ ਮੰਗਾ ਤੁਹਾਡੀ ਸਿੱਖਿਆ ਦੇ ਕਾਰਨ ਅੱਜ ਮੇਰੀ ਧੀ ਪੰਜ ਕਕਾਰਾਂ ਦਾ ਪਾਲਣ ਕਰਨ ਲੱਗ ਪਈ ਹੈ ਜਿਹਦੇ ਕਾਰਨ ਨਾ ਸਿਰਫ ਉਹਦੀ ਅੱਜ ਜਾਨ ਤੇ ਇੱਜ਼ਤ ਬਚੀ ਹੈ ਸਗੋਂ ਮੇਰੇ ਖਾਨਦਾਨ ਦੇ ਨਾਲ ਨਾਲ ਸਾਰੀ ਇਸਤਰੀ ਜਾਤੀ ਦੀ ਇੱਜ਼ਤ ਬਚ ਗਈ ਕਲਗੀਆਂ ਵਾਲਾ ਦਾਤਾ ਹੀ ਸਭ ਕੁਛ ਕਰਨ ਵਾਲਾ ਹੈ ਬਾਬਾ ਜੀ ਅੱਜ ਮੈਂ ਤੁਹਾਡੇ ਸਾਹਮਣੇ ਪੂਰਨ ਸਿੰਘ ਸੱਜਣ ਦਾ ਪ੍ਰਣ ਕਰਨਾ ਤੇ ਸ਼ਰਾਬ ਸ਼ਿਕਾਰ ਤੇ ਹੰਕਾਰ ਦੇ ਤਿਆਗ ਦਾ ਵੀ ਵਚਨ ਦੇਣਾ ਤੇ ਆਪਣੀ ਧੀ ਜੱਗੀ ਦੀ ਸ਼ਾਦੀ ਉਸਦੀ ਮਰਜ਼ੀ ਦੇ ਮੁਤਾਬਕ ਉਸ ਪ੍ਰੋਫੈਸਰ ਨਾਲ ਕਰਕੇ ਦੁਆਨੂੰ ਹੇਮਕੁੰਡ ਸਾਹਿਬ ਦੀ ਯਾਤਰਾ ਵਾਸਤੇ ਭੇਜਾਂਗਾ ਸ਼ਾਬਾਸ਼ ਸਹਿਲਦਾਰ ਸਾਹਿਬ ਸ਼ਾਬਾਸ਼ ਹੰਕਾਰ ਤਿਆਗਣਾ ਨੇਕ ਕੰਮ ਕਰਨਾ ਸੱਚ ਦੇ ਰਸਤੇ ਤੇ ਚੱਲਣਾ ਹਰ ਮਨੁੱਖ ਨੂੰ ਬਰਾਬਰ ਦਾ ਮਾਨ ਸਨਮਾਨ ਦੇਣਾ ਹਰ ਇਨਸਾਨ ਦਾ ਸੱਚਾ ਰੂਪ ਹੈ ਮੈਂ ਖੁਸ਼ ਹਾਂ ਕਿ ਤੁਸੀਂ ਪੰਜ ਕਕਾਰਾਂ ਦੀ ਮਹਾਨਤਾ ਨੂੰ ਸਮਝ ਲਿਆ ਦਿੱਤੀ ਸ਼ਕਤੀ ਪੰਜ ਕਕਾਰੇ ਮਾਂ ਗੁਜਰੀ ਦੇ ਪਿਆਰੇ